ਡੇਲੀ ਪੋਸਟ ਪੰਜਾਬੀ ਹਰ ਪੰਜਾਬੀ ਨਾਲ ਜੁੜੀ ਖਬਰ ਲਈ ਹਰ ਪੰਜਾਬੀ ਨੂੰ ਖਬਰਦਾਰ ਕਰਨ ਵਾਸਤੇ ਹਰ ਥਾਂ ਪਹੁੰਚ ਰਿਹਾ ਔਰ ਆਪਣੀ ਇਸੇ ਜ਼ਿੰਮੇਵਾਰੀ ਦੇ ਤਹਿਤ ਅੱਜ ਡੇਲੀ ਪੋਸਟ ਪੰਜਾਬੀ ਪਹੁੰਚਿਆ ਹੈ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ। ਤੁਹਾਨੂੰ ਯਾਦ ਹੋਵੇਗਾ ਕਿ ਇੰਨੀ ਦਿਨੀ ਸ਼ਿਲੌਂਗ ਦੇ ਵਿੱਚ ਇੱਕ ਸਿੱਖ ਲੇਨ ਕਲੋਨੀ ਦਾ ਮੁੱਦਾ ਜਿਹੜਾ ਉਹ ਭਖਿਆ ਹੋਇਆ ਔਰ ਕਰੀਬ 350 ਪਰਿਵਾਰਾਂ ਨੂੰ ਘਰੋਂ ਬੇਘਰ ਕਰਨ ਲਈ ਇੱਕ ਕਵਾਇਤ ਚੱਲ ਰਹੀ ਹੈ ਜਿਸ ਦਾ ਵਿਰੋਧ ਜਿਹੜਾ ਉਹ ਵਿਸ਼ਵ ਭਰ ਦੇ ਵਿੱਚ ਹੋ ਰਿਹਾ। ਅਸੀਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸ਼ਿਲੌਂਗ ਤੋਂ ਸਿੱਖ ਭਾਈਚਾਰਾ ਜਿਹੜਾ ਇਸ ਸਿੱਖ ਲੇਨ ਕਲੋਨੀ ਦਾ ਵਾਸਿੰਦਾ ਹੈ। ਕਰੀਬ 350 ਘਰ ਨੇ ਇਸ ਕਲੋਨੀ ਦੇ ਵਿੱਚ ਔਰ ਇਸ ਵੇਲੇ ਇੱਥੋਂ ਦੇ ਜੋ ਪਹਿਲਾਂ ਸਿਟੀ ਗੁਰਦੁਆਰਾ ਕਿਹਾ ਜਾਂਦਾ ਸੀ ਔਰ ਇਸ ਵੇਲੇ ਇਸ ਗੁਰਦੁਆਰੇ ਦਾ ਨਵ ਨਿਰਮਾਣ ਚੱਲ ਰਿਹਾ। ਇਸ ਨਵ ਨਿਰਮਾਣ ਦੀ ਇਮਾਰਤ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਔਰ ਅਸੀਂ ਦੱਸ ਦਈਏ ਕਿ ਕੁਛ ਵਿਅਕਤੀ ਨੰਗੇ ਸਿਰ ਤੁਹਾਨੂੰ ਇਸ ਕਰਕੇ ਮਿਲ ਰਹੇ ਨੇ ਕਿਉਂਕਿ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਜੇ ਨਹੀਂ ਹੋਇਆ ਕਿਉਂਕਿ ਇਸ ਥਾਂ 'ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਚੱਲ ਰਿਹਾ। ਸੋ ਅਸੀਂ ਇਸ ਵੇਲੇ ਸ਼ਿਲੌਂਗ ਤੋਂ ਸਿੱਧੀਆਂ ਤਸਵੀਰਾਂ ਆਪਣੇ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ। ਇਹ ਸਿੱਖ ਭਾਈਚਾਰਾ ਜਿਨ੍ਹਾਂ ਦੇ ਘਰਾਂ 'ਤੇ ਤਲਵਾਰ ਲਟਕ ਰਹੀ ਹੈ ਉਜਾੜੇ ਦੀ ਔਰ ਕਰੀਬ 200 ਸਾਲ ਪਹਿਲਾਂ ਇਹ ਪਰਿਵਾਰ ਇਹਨਾਂ ਦੇ ਪੁਰਖੇ ਜਿਹੜੇ ਸੀ ਉਹ ਪੰਜਾਬ ਤੋਂ ਇਸ ਥਾਂ 'ਤੇ ਮੇਘਾਲਿਆ ਹਜ਼ਾਰਾਂ ਕਿਲੋਮੀਟਰ ਦੂਰ ਪਹੁੰਚੇ ਸੀ। ਅੰਗਰੇਜ਼ਾਂ ਵੱਲੋਂ ਲਿਆਂਦੇ ਗਏ ਸੀ ਇਹ ਪਰਿਵਾਰ ਖਾਸ ਸੇਵਾ ਦੇ ਲਈ ਔਰ ਇਹਨਾਂ ਨੂੰ ਇੱਥੇ ਵਸਾਇਆ ਗਿਆ ਸੀ। ਇਹਨਾਂ ਦੀ ਗਲਤੀ ਸਿਰਫ ਇਹ ਰਹੀ ਛੋਟੀ ਜੀ ਕਿ ਇਹਨਾਂ ਨੇ ਉਸ ਵੇਲੇ ਦੇ ਰਾਜੇ ਤੋਂ ਕੋਈ ਪਟਾ ਵਗੈਰਾ ਨਹੀਂ ਲਿਖਵਾਇਆ ਔਰ ਬਾਵਜੂਦ ਇਸ ਦੇ 1972 ਦੇ ਕਰੀਬ ਜੋ ਕਾਨੂੰਨ ਪਾਸ ਹੋਇਆ ਨੌਨ ਮੇਘਾਲੀਅਨ ਜਿਹੜਾ ਸੀ ਉਹ ਇੱਥੇ ਨਹੀਂ ਰਹਿ ਸਕਦੇ ਪਰ ਉਹ 1972 ਦੇ ਵਿੱਚ ਪਾਸ ਹੋਇਆ। ਇਹ ਪਰਿਵਾਰ ਜਿਹੜੇ ਸੀ ਇਹ ਕਰੀਬ 200 ਸਾਲ ਪਹਿਲਾਂ ਰਹਿ ਰਹੇ ਨੇ। ਸੋ ਇਹਨਾਂ ਦੇ ਉੱਤੇ ਉਹ ਕਾਨੂੰਨ ਵੀ ਲਾਗੂ ਨਹੀਂ ਹੁੰਦਾ। ਸੋ ਇੱਕ ਸਿਆਸਤ ਦੇ ਤਹਿਤ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦੀ ਤਲਵਾਰ ਜਿਹੜੀ ਆ ਉਹ ਫਿਰ ਤੋਂ ਲਟਕਾਈ ਜਾ ਰਹੀ ਹੈ ਉਜਾੜੇ ਦੀ ਇਹਨਾਂ ਪਰਿਵਾਰਾਂ ਦੇ ਸਿਰ 'ਤੇ। ਇਹਨਾਂ ਪਰਿਵਾਰਾਂ ਦਾ ਦੁੱਖ ਜਾਣਨ ਲਈ ਡੇਲੀ ਪੋਸਟ ਪੰਜਾਬੀ ਪਹੁੰਚਿਆ ਹੈ ਸ਼ਿਲੌਂਗ ਦੇ ਵਿੱਚ ਅਤੇ ਸ਼ਿਲੌਂਗ ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਲਈ ਸਾਹਮਣੇ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਔਰ ਇਹਨਾਂ ਇਸ ਪੂਰੀ ਚਰਚਾ ਦੇ ਦੌਰਾਨ ਅਸੀਂ ਗੱਲਬਾਤ ਕਰਾਂਗੇ ਇਸ ਜਿਹੜਾ ਨਵਾਂ ਵਿਵਾਦ ਖੜ੍ਹਾ ਹੋਇਆ ਜੋ ਉਸ ਦੇ ਪੀੜਿਤ ਨੇ ਜੋ ਪ੍ਰਭਾਵਿਤ ਹੋ ਰਹੇ ਨੇ ਉਹ ਪਰਿਵਾਰ। ਸਾਡੇ ਨਾਲ ਪਹਿਲਾਂ ਮੌਜੂਦ ਨੇ ਸਰਦਾਰ ਗੁਰਜੀਤ ਸਿੰਘ। ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਜਾਣਨਾ ਚਾਹਾਂਗੇ ਕਿ ਅਸਲ ਮੁੱਦਾ ਕੀ ਹੈ ਕਿਉਂਕਿ ਅਸਲ ਮੁੱਦੇ ਦੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ। ਉਸ ਤੋਂ ਬਾਅਦ ਅਸੀਂ ਦਰਦ ਜਾਣਾਂਗੇ ਉਹਨਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਇੱਕ ਤਣਾਅ ਵਾਲਾ ਮਾਹੌਲ ਇਸ ਕਲੋਨੀ ਦੇ ਵਿੱਚ ਬਣਿਆ ਹੋਇਆ। ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਰਿਪੋਰਟ ਦੇ ਰਾਹੀਂ ਇਸ ਕਲੋਨੀ ਦੇ ਹਾਲਾਤ ਵੀ ਵਿਖਾਵਾਂਗੇ ਔਰ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ ਉਹ ਵੀ ਵਿਖਾਵਾਂਗੇ, ਕਿੰਨਾ ਕੁ ਵਿਕਾਸ ਹੋਇਆ ਉਹ ਵੀ ਵਿਖਾਵਾਂਗੇ। ਪਰ ਪਹਿਲਾਂ ਅਸੀਂ ਵਿਖਾਉਂਦੇ ਹਾਂ, ਗੱਲ ਕਰਦੇ ਹਾਂ ਗੁਰਜੀਤ ਸਿੰਘ ਨੇ ਜਿਹੜੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਥੋਂ ਦੇ ਪ੍ਰਧਾਨ ਵੀ ਨੇ ਔਰ ਨਾਲ ਹੀ ਸਿੱਖਿਆ ਸੰਸਥਾ ਵੀ ਇਸ ਕਲੋਨੀ ਦੇ ਲੋਕਾਂ ਲਈ ਚਲਾ ਰਹੇ ਨੇ ਔਰ ਅਗਵਾਈ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਕਰ ਰਹੇ ਨੇ। ਗੁਰਜੀਤ ਸਿੰਘ ਜੀ, ਹੁਣ ਤੱਕ ਕਾਫੀ ਕੁਛ ਇਸ ਮਾਮਲੇ ਦੇ ਵਿੱਚ ਹੋ ਚੁੱਕਿਆ ਹੈ, ਅਸਲ ਦੇ ਵਿੱਚ ਇਹ ਮਾਮਲਾ ਕੀ ਹੈ? ਮਾਮਲਾ ਜੀ ਅਸਲ ਦੇ ਵਿੱਚ ਤਾਂ ਕੋਈ ਮਾਮਲਾ ਹੈ ਨਹੀਂ ਹੈ ਜੀ, ਕਿਉਂਕਿ ਮਤਲਬ 200 ਸਾਲ ਤੋਂ ਇੱਥੇ ਆਪਣੇ ਪਰਿਵਾਰ ਰਹਿ ਰਿਹਾ ਅਤੇ ਗੌਰਮੈਂਟ ਜਿਹੜੀ ਆ ਉਹ ਇਸ ਵਕਤ ਜਿਹੜੀ ਹੁਣ ਨਵੀਂ ਗੌਰਮੈਂਟ ਬਣੀ ਆ ਨਾ ਜੀ, ਇਹਨਾਂ ਨੇ ਮਤਲਬ ਇਹਨਾਂ ਵੇਖਿਆ ਕਿ ਇਹ ਜਿਹੜੀ ਜਗ੍ਹਾ ਵਾ ਇਹ ਬਹੁਤ ਜ਼ਿਆਦਾ ਕੀਮਤੀ ਆ ਅਤੇ ਇਹਨਾਂ ਨੇ ਨਵੇਂ ਸਿਰੇ ਦੇ ਉੱਤੋਂ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਅਤੇ ਕਿਉਂਕਿ ਪਹਿਲਾਂ ਤੋਂ ਜਿਹੜੇ ਆ ਰਾਜੇ ਨੇ ਜਿਹੜੇ ਡਾਕੂਮੈਂਟ ਵਗੈਰਾ ਦਿੱਤੇ ਹੋਏ ਆ ਸਾਰੇ ਸਾਡੇ ਕੋਲ ਸਭ ਕੁਛ ਪਰੂਫ ਆ ਕਿ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਆ ਅਤੇ ਪਿਛਲੀਆਂ ਸਰਕਾਰਾਂ ਨੇ ਇਸ ਤਰ੍ਹਾਂ ਕਦੀ ਵੀ ਤੰਗ ਨਹੀਂ ਕੀਤਾ, ਥੋੜ੍ਹਾ ਬਹੁਤ ਕਿਸੇ ਵੇਲੇ ਗੱਲ ਉੱਠਦੀ ਪਰ ਇਸ ਲੈਵਲ ਦੇ ਨਾਲ ਨਹੀਂ। ਹੁਣ ਜਿਹੜੀ ਇੱਕ ਹਾਈ ਲੈਵਲ ਕਮੇਟੀ ਬਣਾਈ ਆ ਉਹ ਆਪਣੀ ਕਾਰਵਾਈ ਜਿਹੜੀ ਆ ਉਹ ਲਗਾਤਾਰ ਕਰੀ ਜਾ ਰਹੀ ਆ
ਅਤੇ ਜਿਹੜੇ ਹਾਈ ਕੋਰਟ ਦੇ ਔਰਡਰ ਆ ਜਾਂ ਕਮਿਸ਼ਨ ਦੇ ਔਰਡਰ ਆ ਉਹ ਸਾਰਿਆਂ ਨੂੰ ਵੀ ਨਜ਼ਰਅੰਦਾਜ਼ ਕਰਕੇ ਅਤੇ ਉਹ ਆਪਣੀ ਰੀਲੋਕੇਸ਼ਨ ਦੀ ਜਿਹੜੀ ਕਾਰਵਾਈ ਆ ਉਹ ਉਹਨਾਂ ਲਗਾਤਾਰ ਕਰ ਰਹੇ ਜੀ। ਰੀਲੋਕੇਸ਼ਨ, ਰੀਲੋਕੇਸ਼ਨ ਦਾ ਮਤਲਬ ਤਾਂ ਇਹ ਹੈ ਕਿ ਕਿਸੇ ਹੋਰ ਥਾਂ ਹੋਰ ਲੋਕੇਸ਼ਨ 'ਤੇ ਲੋਕੇਸ਼ਨ ਬਣਾ ਦੇਣਾ ਜਾਂ ਹੋਰ ਕਰ ਦੇਣਾ। ਇਹ ਇਹ ਇਸ ਨਾਮ ਤੋਂ ਤੁਸੀਂ ਕਿੰਨਾ ਕੁ ਸੰਤੁਸ਼ਟ ਹੋ? ਰੀਲੋਕੇਸ਼ਨ ਕਮੇਟੀ, ਰੀਲੋਕੇਸ਼ਨ ਜਦੋਂ ਇਹ ਕਮੇਟੀ ਬਣੀ ਹੈ ਨਾ ਜੀ ਉਸ ਟਾਈਮ 'ਤੇ ਹੀ ਅਸੀਂ ਇਹ ਕਮੇਟੀ ਦਾ ਓਬਜੈਕਸ਼ਨ ਫਾਈਲ ਕੀਤਾ ਸੀ CM ਸਾਹਿਬ ਦੇ ਕੋਲ ਕਿ ਇਹ ਜਿਹੜੀ ਕਮੇਟੀ ਦੇ ਜਿਹੜੇ ਟਰਮਸ ਆ ਨਾ ਇਹ ਸਾਡੇ ਮਤਲਬ ਖਿਲਾਫ ਆ ਅਤੇ ਇਹ ਰੀਲੋਕੇਸ਼ਨ ਤਾਂ ਹੋ ਨਹੀਂ ਸਕਦਾ ਕਿਉਂਕਿ ਏਰੀਏ ਦਾ ਡਿਵਲਪਮੈਂਟ ਅਗਰ ਗੌਰਮੈਂਟ ਕਰਨਾ ਚਾਹੇ ਤਾਂ ਹੋ ਸਕਦਾ ਪਰ ਰੀਲੋਕੇਸ਼ਨ ਨਹੀਂ ਹੋ ਸਕਦਾ। ਇਹਦੇ ਟਰਮ ਹੀ ਗਲਤ ਹੈ ਕਿਉਂਕਿ ਹਾਈ ਲੈਵਲ ਕਮੇਟੀ ਫੋਰ ਰੀਲੋਕੇਸ਼ਨ, ਹੋਰ ਇਹਦੇ ਵਿੱਚ ਕੋਈ ਉਹਨਾਂ ਦਾ ਇਸ਼ੂ ਨਹੀਂ ਆ, ਸਿਰਫ ਉਹਨਾਂ ਦਾ ਇਹ ਆ ਕਿ ਇਹਨੂੰ ਹਟਾਉਣਾ ਇੱਥੋਂ ਕਲੋਨੀ। ਅਸੀਂ ਦੁਬਾਰਾ ਤੁਹਾਡੇ ਕੋਲ ਫੇਰ ਆਵਾਂਗੇ। ਇੱਕ ਵਾਰੀ ਦੱਸ ਦਈਏ ਕਿ ਕਰੀਬ 350 ਪਰਿਵਾਰ ਨੇ, ਇਹ ਜਿਹੜਾ ਏਰੀਆ ਹੈ ਕਰੀਬ 100 ਮੀਟਰ ਦਾ ਇੱਕ ਰੋਡ ਹੈ ਇਹ ਸ਼ਿਲੌਂਗ ਦੇ ਵਿੱਚ ਜੋ ਕਾਫੀ ਅਹਿਮ ਹੈ, ਔਰ ਜਿੱਦਾਂ ਗੁਰਜੀਤ ਸਿੰਘ ਨੇ ਦੱਸਿਆ ਕਿ ਖਾਸ ਕਰਕੇ ਅਸਲ ਦੇ ਵਿੱਚ ਇਸ ਪਿੱਛੇ ਕਹਾਣੀ ਕੀ ਹੈ, ਇਹ ਜਗ੍ਹਾ ਜਿਹੜੀ ਆ ਬੇਸ਼ਕੀਮਤੀ ਹੋ ਗਈ ਹੈ ਕਿਉਂਕਿ ਇਸ ਵੇਲੇ ਇਹ ਜਗ੍ਹਾ ਸ਼ਿਲੌਂਗ ਦੇ ਵਿੱਚ ਬਿਲਕੁਲ ਕੇਂਦਰ ਬਿੰਦੂ 'ਚ ਹੈ ਔਰ ਇਹੀ ਕਾਰਨ ਹੈ ਕਿ ਜਗ੍ਹਾ ਦੀ ਦਾ ਬਹੁਮੁੱਲ ਹੋਣਾ ਇਸ ਵਿਵਾਦ ਦਾ ਨਵੇਂ ਸਿਰੇ ਤੋਂ ਸ਼ੁਰੂ ਹੋਣ ਦਾ ਕਾਰਨ ਮੰਨਿਆ ਜਾ ਰਿਹਾ। ਔਰ ਸਾਡੇ ਨਾਲ ਹੋਰ ਵੀ ਮੌਜੂਦ ਨੇ, ਅਸੀਂ ਸਾਰਿਆਂ ਦੇ ਵਿਚਾਰ ਵਾਰੀ ਵਾਰੀ ਲਵਾਂਗੇ। ਕੀ ਕਹਿਣਾ ਚਾਹੋਗੇ ਇਹ ਮਸਲਾ ਜਿਹੜਾ ਕੀ ਲੱਗਦਾ ਤੁਹਾਨੂੰ, ਕਿਉਂ ਇਹ ਇੱਕਦਮ ਤਣਾਅ ਹੋਇਆ ਦੁਬਾਰਾ? ਇਹ ਤਾਂ ਜੀ ਕਈ ਸਾਲਾਂ ਤੋਂ ਹੀ ਇੱਥੇ ਵੱਸਦੇ ਆਉਂਦੇ ਆ, ਇੰਨੇ ਚਿਰ ਤੱਕ ਸਭ ਠੀਕ ਠਾਕ ਚੱਲਣ ਡਿਆ ਜੀ, ਅਚਾਨਕ ਇੱਥੇ ਦੇ ਕੁਛ ਜਿਹੜੇ MLA ਨੇਗੇ ਉਹ ਮੈਨੂੰ ਚਾਹੁੰਦੇ ਆ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਇੱਥੋਂ ਹਟਾ ਦਿੱਤਾ ਜਾਵੇ, ਕਿ ਇਹਨਾਂ ਰੀਲੋਕੇਟ ਕਰ ਦਿੱਤਾ ਜਾਵੇ। ਕਿੰਨੇ ਸਾਲਾਂ ਤੋਂ ਹੀ ਇੱਥੇ ਵੱਸਣ ਡੇ ਆ, ਬਹੁਤ ਲੋਕ ਜੇ ਲੋਕਲ ਜਿਨ੍ਹਾਂ ਨਾਲ ਪ੍ਰੀਮੀਅਮ। ਤੁਹਾਨੂੰ ਕੀ ਲੱਗਦਾ ਇਸ ਦਾ ਹੱਲ ਕੀ ਹੋ ਸਕਦਾ? ਇਸ ਦਾ ਹੱਲ ਇਹੀ ਤਾਂ ਗੌਰਮੈਂਟ ਨੂੰ ਅਤੇ ਜਿੰਨੇ ਵੀ ਆਪਣੀ ਸੰਸਥਾਵਾਂ DSPG SPG ਆ ਯੂਨਾਈਟਡ ਸਿੱਖ ਆ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਸਹਿਯੋਗ ਕਰਨ ਕਿ ਅਸੀਂ ਇੱਥੇ ਹੀ ਵੱਸਦੇ ਰਹੀਏ ਸਲਾਹ। ਇੱਕ ਇੱਥੋਂ ਦੀ ਇੱਕ ਗਰਮ ਖਿਆਲੀ ਸੰਸਥਾ ਹੈ HNLC ਮੇਬੀ, ਇਸ ਸੰਸਥਾ ਵੱਲੋਂ ਬਾਕਾਇਦਾ ਧਮਕੀ ਦਿੱਤੀ ਗਈ ਸਿੱਖ ਪਰਿਵਾਰਾਂ ਨੂੰ। ਉਸ ਧਮਕੀ ਤੋਂ ਬਾਅਦ ਮਾਹੌਲ ਜਿਹੜਾ ਉਹ ਤਣਾਓਪੂਰਨ ਬਣਿਆ, ਮਾਹੌਲ ਜਿਹੜਾ ਉਹ ਡਰ ਵਾਲਾ ਬਣਿਆ, ਦਹਿਸ਼ਤ ਵਾਲਾ ਬਣਿਆ। ਮੈਂ ਜਾਣਨਾ ਚਾਹੂੰਗਾ ਤੁਹਾਡੇ ਤੋਂ ਕਿ ਉਸ ਧਮਕੀ ਦੇ ਮਾਇਨੇ ਕੀ ਨੇ, ਉਹਦਾ ਅਸਰ ਕਿੰਨਾ ਕੁ? ਦੇਖੋ ਵੀਰ ਜੀ, ਧਮਕੀ ਅਤੇ ਧਮਕੀ ਤੋਂ ਤਾਂ ਅਸੀਂ ਡਰਦੇ ਨਹੀਂ, ਸਾਡੀ ਕੌਮੀ ਧਮਕੀ ਤੋਂ ਇਹ ਸਭ ਚੀਜ਼ਾਂ ਤੋਂ ਡਰਦੇ ਨਹੀਂ। ਇੱਕ ਤਾਂ ਧਮਕੀ ਇਹ ਤਾਂ ਦਿੰਦੀ ਹੈ ਕਿ ਅਸੀਂ ਇੰਡੀਅਨ ਹੈ, ਅਗਰ ਸਾਨੂੰ ਸਬੂਤ ਦਵਾ ਦੇ ਕਿ ਅਸੀਂ ਇੰਡੀਅਨ ਨਹੀਂ ਆ, ਅਸੀਂ ਇਹ ਗੌਰਮੈਂਟ ਇਹ ਜਿਹੜੀ ਆ ਇਹ ਸਾਡੇ ਨਾਲ ਧੱਕਾ ਕਰ ਰਹੀ ਹੈ, ਧੱਕਾ ਬਿਲਕੁਲ ਹੀ ਜ਼ਿਆਦਾ ਧੱਕਾ ਹੋ ਰਿਹਾ, ਔਰ ਕਿ ਸਾਡਾ ਹੱਕ ਨਹੀਂ ਬਣਦਾ। ਅਸੀਂ ਅਗਰ ਸਾਨੂੰ ਇਹ ਰੀਕਾਰਡ ਕਰਨ ਮੰਗਦੇ ਹਾਂ ਅਤੇ ਸਾਨੂੰ ਸਾਬਿਤ ਕਰਦੇ ਕਿ ਅਸੀਂ ਇੰਡੀਅਨ ਨਹੀਂ ਹਾਂ, ਅਤੇ ਅਸੀਂ ਅਗਰ ਇੰਡੀਅਨ ਨਹੀਂ ਮੰਨੇ ਜਾਂਦੇ ਤਾਂ ਅਸੀਂ ਆਪਣੇ ਆਪ ਹੀ ਚਲੇ ਜਾਵਾਂਗੇ। ਬਸ ਇਹ ਤੋਂ ਜ਼ਿਆਦਾ ਗੱਲ ਆਪਾਂ ਨਹੀਂ ਕਹਿ ਰਹੇ, ਕਿਉਂਕਿ 200 ਸਾਲ ਪੁਰਾਣੇ ਸਾਡੇ ਜਿਹੜੇ ਬਜ਼ੁਰਗ ਸੀ ਇੱਥੇ ਇਹਨਾਂ ਦੀਆਂ ਸੇਵਾ ਕਰਕੇ ਇੱਥੇ ਹੀ ਗੁਜ਼ਰ ਗਏ, ਇੱਥੇ ਸਭ ਕੁਝ ਹੋ ਗਿਆ, ਗਾਂ ਹੁਣ ਇਹ ਚੀਜ਼ ਡੈਵਲਪ ਹੋ ਰਹੀ ਹੈ, ਇਹਨਾਂ ਦੀਆਂ ਅੱਖਾਂ 'ਚ ਰਿੜਕ ਰਹੀ ਹੈ, ਔਰ ਉਹਦੇ ਬਾਅਦ ਕੀ ਹੈ ਇਹ ਹੁਣ ਸਾਡੇ ਘਰ ਤੋੜ ਕੇ ਇੱਥੇ ਕੀ ਸ਼ੋਪ ਬਣਾਉਂਗੇ ਇਹਨਾਂ ਨੇ, ਇਹਨਾਂ ਤੋਂ ਕੋਈ ਮਤਲਬ ਇੱਕੋ ਹੀ ਹੈ ਕਿ ਇਹ ਬਿਜ਼ਨਸ ਕਰਨ ਮੰਗਦੇ ਆ ਇਹ ਜਗ੍ਹਾ 'ਤੇ। ਇੱਕ 1996 ਦੇ ਵਿੱਚ ਵੀ ਮੈਂ ਸੁਣਿਆ ਸੀ ਇੱਥੇ ਕੋਈ ਅਟੈਕ ਹੋਇਆ ਸੀ ਇਸ ਕਲੋਨੀ 'ਤੇ, ਉਹਦੇ ਬਾਰੇ ਕੀ? ਉਹ ਦੇਖੋ ਕਾਫੀ ਪੁਰਾਣੀ ਗੱਲ, ਉਹਦੇ ਬਾਰੇ ਸ਼ਾਇਦ ਸ਼ਰਾਰਤਾਂ ਤੇ ਕਰਦੇ ਰਹਿੰਦੇ ਆ ਕਿਉਂਕਿ ਕਾਫੀ ਟਾਈਮ ਤੋਂ ਇਹਨਾਂ ਦਾ ਕੰਮ ਹੀ ਹੈ ਸ਼ਰਾਰਤ ਕਰਨਾ, ਔਰ ਆਹ ਟਾਈਮ ਦੇ ਵਿੱਚ ਇਹਨਾਂ ਨੇ ਸਾਨੂੰ, ਇਹਨਾਂ ਨੂੰ ਪਤਾ ਸੀ ਕਿ ਚਲੋ ਸਾਡੇ ਪਿੱਛੋਂ ਪੰਜਾਬ ਤੋਂ ਵੀ ਕਾਫੀ ਹੈਲਪ ਮਿਲ ਗਈ, ਔਰ ਇਹਨਾਂ ਨੇ ਸਾਨੂੰ ਇਹ ਜਿਹੜੀਆਂ ਧਮਕੀਆਂ ਸਾਨੂੰ ਡਰਾਉਣ ਵਾਸਤੇ ਕੀਤੀਆਂ, ਅਤੇ ਸਾਡੀ ਕੌਮ ਤਾਂ ਤੁਹਾਨੂੰ ਪਤਾ ਹੀ ਹੈ ਇਹ ਸਭ ਧਮਕੀਆਂ ਤੋਂ ਹਮੇਸ਼ਾ ਹੀ ਸ਼ੁਰੂ ਤੋਂ ਹੀ ਲੜਦੀ ਰਹੀ ਹੈ, ਅਤੇ ਇਹਨਾਂ ਦੀਆਂ ਫੋਕੀਆਂ ਧਮਕੀਆਂ ਤੋਂ ਆਪਾਂ ਡਰਨ ਵਾਲੇ ਤਾਂ ਹੈ ਨਹੀਂ ਆ, ਉਹ ਤੋਂ ਬਾਅਦ ਤਾਂ ਬਾਕੀ ਇਹ ਜਗ੍ਹਾ ਤਾਂ ਅਸੀਂ ਛੱਡ ਕੇ ਜਾਵਾਂਗੇ ਨਹੀਂ। ਬਿਲਕੁਲ, ਦਸ਼ਮੇਸ਼ ਪਿਤਾ ਦੀ ਫੋਟੋ ਜਿਹੜੀ ਹੈ ਉਹ ਪਿੱਛੇ ਲੱਗੀ ਹੋਈ ਹੈ, ਤੁਸੀਂ ਸਮਝ ਸਕਦੇ ਹੋ ਸਿੱਖ ਕੌਮ ਡਰਨ ਵਾਲੀ ਨਹੀਂ ਹੈ ਧਮਕੀਆਂ ਤੋਂ, ਪਰ ਬਸ਼ਰਤੇ ਕਿ ਪਿੱਛੇ ਦੀ ਸਿਆਸਤ ਜਿਹੜੀ ਆ ਉਹ ਖਤਮ ਹੋ ਜਾਵੇ, ਸਿਆਸਤ ਨਾ ਹੋਵੇ ਉਹਨਾਂ, ਇਹਨਾਂ ਨੂੰ ਇਹਨਾਂ ਦੇ ਹੱਕ ਮਿਲ ਜਾਣ। ਆਪਾਂ ਗੱਲ ਕਰ ਲਈਏ ਰੁਜ਼ਗਾਰ ਦੀ,
ਜਾਂ ਜਿਸ ਤਰ੍ਹਾਂ ਪਹਿਲਾਂ ਜਦੋਂ ਇੱਥੇ ਆਏ ਕਿਹਾ ਜਾਂਦਾ ਇੱਕ ਸਫਾਈ ਕਰਮੀ ਦੇ ਤੌਰ 'ਤੇ ਸਿੱਖ ਭਾਈਚਾਰੇ ਨੂੰ ਲਿਆਂਦਾ ਗਿਆ ਸੀ, ਠੀਕ ਹੈ, ਅੱਜ ਮੈਨੂੰ ਪਤਾ ਲੱਗਿਆ ਕਿ ਹੁਣ ਤੱਕ ਮਹਿਜ਼ 40 ਕੁ ਵਿਅਕਤੀ ਨੇ ਜਿਹੜੇ ਸਫਾਈ ਦੇ ਕੰਮ ਦੇ ਵਿੱਚ ਨੇ, ਬਾਕੀ ਸਾਰੇ ਹੋਰ ਕਾਰੋਬਾਰਾਂ ਦੇ ਵਿੱਚ ਨੇ। ਰੁਜ਼ਗਾਰ ਕਿੰਨਾ ਕੁ ਮਿਲਿਆ ਲੋਕਾਂ ਨੂੰ, ਹੋਰ ਕੋਈ ਰੁਜ਼ਗਾਰ ਮਿਲਿਆ? ਰੁਜ਼ਗਾਰ ਤਾਂ ਪਹਿਲਾਂ ਤੋਂ ਕੁਛ ਮਿਲਿਆ ਹੀ ਹੈਗਾ, ਲੇਕਿਨ ਆਪਣਾ ਅੜੀਆਂ ਧਮਕੀਆਂ ਔਰ ਇਹ ਕਰਕੇ ਬਹੁਤ ਪਰਿਵਾਰ ਡਰੇ ਹੋਏ ਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਬੜੇ ਮੁਸ਼ਕਿਲ ਦੇ ਨਾਲ ਮਤਲਬ ਟਾਈਮ ਗੁਜ਼ਾਰ ਰਿਹਾ। ਅਤੇ ਮਤਲਬ ਇਹ ਜਿਹੜਾ ਧਮਕੀਆਂ ਦਿੰਦੇ ਸਾਨੂੰ ਇਹ ਰਾਤ ਨੂੰ, ਫਿਰ ਮਤਲਬ ਅਸੀਂ ਤਾਂ ਇੱਧਰ ਉੱਧਰ ਕੰਮ 'ਤੇ ਜਾਣਾ ਹੀ ਹੁੰਦਾ ਸਾਨੂੰ ਪਤਾ, ਬਿਲਕੁਲ, ਲੇਡੀਜ਼ ਵੀ ਕਈ ਜਾਂਦੇ ਆ ਕੰਮ 'ਤੇ ਔਰ ਸਾਨੂੰ ਵੀ ਜਾਣਾ ਪੈਂਦਾ ਹੋਗਾ। ਅਤੇ ਇਸ ਕਰਕੇ ਮਤਲਬ ਇਹ ਗੌਰਮੈਂਟ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਬਿਲਕੁਲ, ਇਹਨਾਂ ਦੀ ਚਿੰਤਾ ਇੱਕ ਸੋਚਣ ਵਾਲੀ ਗੱਲ ਹੈ, ਇਹਨਾਂ ਦੀ ਚਿੰਤਾ ਜ਼ਾਹਿਰ ਤੌਰ 'ਤੇ ਜਾਇਜ਼ ਹੈ, ਕਿਉਂਕਿ ਘੱਟ ਗਿਣਤੀ ਹੋਣਾ ਆਪਣੇ ਆਪ 'ਚ, ਜਦੋਂ ਸਰਕਾਰਾਂ ਸੁਰੱਖਿਆ ਸਹੀ ਢੰਗ ਨਾਲ ਨਾ ਦੇ ਰਹੀਆਂ ਹੋਣ ਜਾਂ ਕਿਤੇ ਨਾ ਕਿਤੇ ਬੇਚਕੀਨੀ ਵਾਲਾ ਮਾਹੌਲ ਹੋਵੇ ਤਾਂ ਚਿੰਤਾ ਹੋਰ ਵੱਧ ਜਾਂਦੀ ਹੈ। ਹਾਲਾਂਕਿ ਸੁਰੱਖਿਆ ਦੇ ਪ੍ਰਬੰਧ ਵੀ ਅਸੀਂ ਤੁਹਾਨੂੰ ਵਿਖਾਵਾਂਗੇ। ਸਾਡੇ ਨਾਲ ਹੋਰ ਵੀ ਇੱਥੋਂ ਦੇ ਬਾਸਿੰਦੇ ਮੌਜੂਦ ਨੇ। ਕੀ ਨਾਮ ਹੈ ਤੁਹਾਡਾ? ਵੀਰ ਸਿੰਘ। ਅੱਛਾ, ਕਿੰਨੇ ਚਿਰ ਤੋਂ ਰਹਿ ਰਹੇ ਹੋ ਤੁਹਾਡੇ ਬਜ਼ੁਰਗ? ਸਾਡਾ ਦਾਦੇ ਬਾਬੇ ਸਭ ਇੱਥੇ ਰਹਿ ਚੁੱਕੇ ਆ, ਇੱਥੋਂ ਦੀ ਜੰਮਪਲ। ਸਾਡੇ ਇੱਥੇ ਜਦੋਂ ਮੈਂ ਕੀ ਕੰਮ ਕਰਦੇ ਹੋ? ਅਸੀਂ ਪਹਿਲਾਂ ਸਿੱਪਰ ਕੰਮ ਕਰਦੇ, ਹੁਣ ਪਲੇਮੈਂਟ ਕੰਮ ਕਰਦੇ ਹਾਂ ਪਾਣੀ ਦਾ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਸੰਗਤ ਬਣਿਆ ਦਾ ਅਸੀਂ ਇੱਥੇ ਰਹੀਏ ਅਤੇ ਦੁਨੀਆ ਭਰ ਅਸੀਂ ਸਿੱਖ ਆ, ਇਸ ਲਈ ਮਦਦ ਕਰਨ ਦਾ ਬਹੁਤ ਬਹੁਤ ਧੰਨਵਾਦ। ਬਸ ਇਹੀ ਚਾਹੁੰਦੇ ਹਾਂ। ਓਕੇ, ਕਿਉਂਕਿ ਜਿੱਥੋਂ ਦੇ ਜੰਮਪਲ ਹੋਈਏ ਤਾਂ ਉਸ ਨਾਲ, ਉਸ ਧਰਤੀ ਨਾਲ ਲਗਾਓ, ਉਹ ਇੱਕ ਤਰ੍ਹਾਂ ਦੀ ਉਹੀ ਧਰਤੀ ਜਿਹੜੀ ਆ ਸਾਡੀ, ਉਹੀ ਮਿੱਟੀ ਜਿਹੜੀ ਆ ਉਹ ਮਾਂ ਵਰਗੀ ਹੁੰਦੀ ਹੈ ਔਰ ਇਹਨਾਂ ਲਈ ਇਹੀ ਪੰਜਾਬ ਹੈ, ਸਮਝ ਸਕਦੇ ਹਾਂ ਆਪਾਂ। ਕਿਉਂਕਿ 200 ਸਾਲ ਪਹਿਲਾਂ ਜੋ ਬਜ਼ੁਰਗ ਇੱਥੇ ਆਏ ਸੀ ਉਹ ਆਪਣਾ ਤਾਮ ਜਾਮ ਨਾਲ ਲੈ ਕੇ ਆਏ ਸੀ, ਇੱਥੇ ਪੱਕੇ ਤੌਰ 'ਤੇ ਵੱਸ ਗਏ ਅਤੇ ਉਹਨਾਂ ਬਜ਼ੁਰਗਾਂ ਤੋਂ ਬਾਅਦ ਉਹਨਾਂ ਦੀ ਲਗਭਗ ਚੌਥੀ ਜਾਂ ਪੰਜਵੀਂ ਪੀੜ੍ਹੀ ਇਸ ਨੂੰ ਕਿਹਾ ਜਾ ਸਕਦਾ, ਔਰ ਇਹ ਇੱਥੋਂ ਦੇ ਜੰਮਪਲ ਨੇ, ਇੱਥੋਂ ਦੇ ਵਸਿੰਦੇ ਨੇ। ਸੋ ਇਹਨਾਂ ਨੂੰ ਪੰਜਾਬ ਵਰਗਾ ਨਿੱਘ ਜਿਹੜਾ ਉਹ ਇੱਥੇ ਹੀ ਮਿਲ ਰਿਹਾ, ਛੱਡਣਾ ਨਹੀਂ ਚਾਹੁੰਦੇ। ਔਰ ਇਸ ਵੇਲੇ ਇਹਨਾਂ ਲਈ ਹੋਰ ਕੋਈ ਕਹਿ ਲਈਏ ਕਿ ਅੱਗੇ ਸਕੋਪ ਵੀ ਨਹੀਂ ਹੈ। ਸਾਡੇ ਨਾਲ ਕੁਛ ਔਰਤਾਂ ਮੌਜੂਦ ਨੇ, ਇਸ ਹੁਣੇ ਹੁਣੇ ਮੈਂ ਦੱਸ ਦੇਵਾਂ ਕਿ ਇੱਕ ਮੀਟਿੰਗ ਹੋ ਕੇ ਹਟੀ ਹੈ, ਇਸੇ ਮੁੱਦੇ 'ਤੇ ਮੀਟਿੰਗ ਹੋਈ ਹੈ, ਚਿੰਤਾ ਜ਼ਾਹਿਰ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ। ਤੁਸੀਂ ਵੇਖ ਸਕਦੇ ਹੋ, ਮੈਂ ਕੈਮਰਾਮੈਨ ਮੇਰੇ ਸਹਿਯੋਗੀ ਨੂੰ ਕਹੂੰਗਾ ਲਖਵਿੰਦਰ ਨੂੰ ਵਿਖਾ ਦਿਉਣ ਕਿ ਵੱਡੀ ਤਾਦਾਦ ਦੇ ਵਿੱਚ ਵੱਖ ਵੱਖ ਪਰਿਵਾਰਾਂ ਦੀਆਂ ਔਰਤਾਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ, ਪਿੱਛੇ ਨੌਜਵਾਨ ਵੀ ਬੈਠੇ ਹੋਏ ਨੇ, ਇਹ ਸਾਰੇ ਤੁਸੀਂ ਵੇਖ ਸਕਦੇ ਹੋ। ਇਹ ਸਿੱਧੀਆਂ ਤਸਵੀਰਾਂ ਨੇ ਸ਼ਿਲੌਂਗ ਤੋਂ, ਜਿੱਥੇ ਇੱਕ ਚਿੰਤਾਜਨਕ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ। ਮਾਤਾ ਜੀ, ਕੀ ਨਾਮ ਹੈ ਤੁਹਾਡਾ ਜੀ? ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਹੌਲ ਅੱਜ ਕੱਲ੍ਹ ਬਣਿਆ ਹੋਇਆ ਇਹਦੇ ਬਾਰੇ 'ਚ? ਚੰਗਾ ਨਹੀਂ ਆ ਜੀ, ਠੀਕ ਨਹੀਂ। ਕਿੰਨੀ ਚਿੰਤਾ ਹੁੰਦੀ ਹੈ ਤੁਹਾਨੂੰ ਇਸ ਮਾਹੌਲ? ਬਹੁਤ ਚਿੰਤਾ। ਬੱਚੇ ਬਾਹਰ ਅੰਦਰ ਕੰਮ 'ਤੇ ਜਾਂਦੇ ਨੇ? ਜਾਂਦੇ ਆ, ਡਰ ਰਹਿੰਦਾ ਆ ਹਰ ਵਕਤ, ਚਿੰਤਾ ਰਹਿੰਦੀ ਹੈ। ਅੱਛਾ ਜੀ, ਹਾਂ। ਤੇ ਕਲੋਨੀ ਦੇ ਵਿੱਚ ਪਹਿਲਾਂ ਵਰਗੀ ਰੌਣਕ ਨਹੀਂ? ਕਾਰਨ ਨਹੀਂ। ਅਸੀਂ ਹੋਰ ਵੀ ਗੱਲ ਕਰਾਂਗੇ ਔਰਤਾਂ ਦੇ ਨਾਲ, ਸਾਡੇ ਨਾਲ ਮਾਤਾਵਾਂ ਮੌਜੂਦ ਨੇ, ਮਾਤਾ ਜੀ ਨਾਲ ਗੱਲ ਕਰਾਂਗੇ, ਕਿਉਂਕਿ ਇਹਨਾਂ ਬਜ਼ੁਰਗ ਔਰਤਾਂ ਨੇ ਇਸ ਕਲੋਨੀ ਦੇ ਮਾਹੌਲ ਨੂੰ ਦਹਾਕਿਆਂ ਤੱਕ ਵੇਖਿਆ ਔਰ ਅਸਲ ਦੇ ਵਿੱਚ ਇਹ ਕਲੋਨੀ ਦੇ ਤਾਜ਼ਾ ਮਾਹੌਲ ਬਾਰੇ ਦੱਸ ਸਕਦੇ ਨੇ। ਮਾਤਾ ਜੀ, ਕੀ ਨਾਮ ਹੈ ਤੁਹਾਡਾ? ਪਿਆਰੀ ਕੌਰ। ਮਾਤਾ ਜੀ, ਤੁਸੀਂ ਤਾਂ ਇੱਥੇ ਕਿੰਨੀ ਦੇਰ ਤੋਂ ਮਤਲਬ ਰਹਿ ਰਹੇ ਹੋ? ਪਹਿਲਾਂ ਤਾਂ ਦੂਸਰੇ ਰਹਿੰਦਾ ਹੀ ਇੱਥੇ, ਵਾਹਵਾ ਚਿਰ ਹੋ ਕੇ ਆਇਆ, ਇੱਧਰ ਹੀ ਬੁੱਢੜੇ ਹੋ ਗਏ ਬੇਟਾ। ਹਾਂ,
ਤੇ ਹੁਣ ਮਾਹੌਲ ਦਾ ਤੁਹਾਨੂੰ ਕਿੰਨਾ ਫਰਕ ਨਜ਼ਰ ਆਉਂਦਾ ਪਹਿਲਾਂ ਤੋਂ, ਕਿਉਂਕਿ ਪਹਿਲਾਂ ਤਾਂ ਕਦੀ ਇੰਨਾ ਮਤਲਬ ਇਸ ਤਰ੍ਹਾਂ ਉਠਾਉਣ ਦੀ ਕਦੇ ਗੱਲ ਨਹੀਂ ਚੱਲੀ ਸੀ? ਕਿ ਆਉਣਗੇ ਉਹ ਹੀ ਸੁਣੀਦਾ ਆ, ਕਰ ਦੇਣਾ ਆ ਕਰ ਦੇਣਾ, ਜੇ ਡਰ ਰਹਿੰਦਾ ਕਿ ਬੇਟਾ ਬਾਹਰ ਵੀ ਜਾਈਦਾ ਤਾਂ ਵੀ ਡਰ, ਅਤੇ ਇੱਧਰ ਵੀ ਜਦੋਂ ਹੱਲਾ ਸੁਣੀਦਾ ਫਿਰ ਵੀ ਡਰ ਆ। ਅਸੀਂ ਤਾਂ ਇਹਨੇ ਇਹ ਨਾ ਹੀ ਇਤਰਾਂ ਹੋਵੇ, ਸਾਰੇ ਵੱਸਦੇ ਰਹਿਣ। ਪਿੰਡ ਬਣਿਆ ਬੇਟਾ ਬਹੁਤ ਚਿਰ ਪਹਿਲਾਂ ਨਹੀਂ, ਹੁਣ ਤਾਂ ਬਹੁਤ ਹੱਲਾ ਗੁੱਲਾ ਕਰਦੇ। ਸੋ ਇਹ ਪਰਿਵਾਰਾਂ ਦੀਆਂ ਔਰਤਾਂ ਦੀ ਚਿੰਤਾ ਸੀ ਜਿਹੜੀ, ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਚਿੰਤਾ ਦਾ ਆਲਮ ਪਰਿਵਾਰਾਂ ਦੇ ਵਿੱਚ ਹੈ। ਔਰ ਸਾਡੇ ਨਾਲ ਹੋਰ ਮੌਜੂਦ ਨੇ, ਕੀ ਨਾਮ ਹੈ ਤੁਹਾਡਾ? ਬਲਵੰਤ ਸਿੰਘ। ਬਲਵੰਤ ਸਿੰਘ ਜੀ, ਜਿਹੜਾ ਇਹ ਮਾਹੌਲ ਕ੍ਰੀਏਟ ਹੋਇਆ ਹੈ, ਅੱਜ ਮੀਟਿੰਗ ਕਰਨੀ ਪਈ ਹੈ, ਹੈ ਨਾ, ਪਹਿਲਾਂ ਇਹ ਕਦੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਹੀਂ ਹੁੰਦੀਆਂ ਹੋਣੀਆਂ, ਸੋ ਕਿੰਨੀ ਕੁ ਚਿੰਤਾ ਦਾ ਵਿਸ਼ਾ ਹੈ? ਚਿੰਤਾ ਤਾਂ ਬਹੁਤ ਹੈ, ਹੁਣ ਸਮਝੋ ਬਾਲ ਬੱਚੇ ਪੰਡੇ ਸਾਡੇ ਦਾਦੇ ਪੜਦਾਦੇ ਕਦੋਂ ਤੋਂ ਹੈ, ਕਦੋਂ ਤੋਂ ਰਹਿਣਾ ਸਾਨੂੰ ਖੁਦ ਨਹੀਂ ਪਤਾ ਹੈ। ਤਾਂ ਹੁਣ ਇਸ ਤਰ੍ਹਾਂ ਫੜਕਦੀ ਨੇ, ਅਨਲੀਗਲ ਕਿਸ ਤਰ੍ਹਾਂ ਹੀ ਹੋ ਸਕਦੇ ਆ? ਜਦੋਂ ਇੰਡੀਆ ਗੌਰਮੈਂਟ ਦੇ ਸਾਡੇ ਕੋਲ ਆਈਡੈਂਟੀ ਕਾਰਡ ਹੈਗਾ, ਨੌਕਰੀ ਕਾਰਡ, ਆਈਡੈਂਟੀ ਕਾਰਡ ਹੈਗਾ, ਰਾਸ਼ਨ ਕਾਰਡ ਹੈ, ਵੋਟਰ ਕਾਰਡ ਹੈਗੇ, ਅਸੀਂ ਅਨਲੀਗਲ ਕਿੱਦਾਂ ਹੋ ਗਿਆ? ਹੈ ਤਾਂ ਇੰਡੀਆ 'ਚ, ਇਹ ਪ੍ਰੂਵ ਕਰ ਦੇਣ ਵੀ ਇਹ ਜਿਹੜਾ ਸਭ ਕੁਛ ਹੁੰਦਾ ਵੀ ਇੰਡੀਅਨ ਨਹੀਂ, ਫਿਰ ਅਸੀਂ ਜਾ ਸਕਦੇ। ਇੰਡੀਆ ਦੇ ਵਿੱਚ ਇੰਡੀਅਨ ਆਦਮੀ ਜਿਹੜੀ ਜਗ੍ਹਾ 'ਤੇ ਮਰਜ਼ੀ ਰਹਿ ਸਕਦਾ, ਕਿਉਂਕਿ ਉਹ ਇੰਡੀਅਨ ਆ। ਵਿਦੇਸ਼ੀ ਤਾਂ ਅਸੀਂ ਹੈ ਨਹੀਂ ਵੀ ਬਾਹਰ ਦੇ ਦੇਸ਼ 'ਚੋਂ ਆਏ ਵੀ ਇਹਨਾਂ ਦਾ ਪਾਸਪੋਰਟ ਕਿੱਥੇ, ਇਹਨਾਂ ਦਾ ਵੀਜ਼ਾ। 1972 ਜਿਹੜਾ ਕਾਨੂੰਨ ਬਣਿਆ, ਉਸ ਤੋਂ ਵੀ ਪਹਿਲਾਂ ਨੌਨ ਮੇਘਾਲਿਆ ਦਾ ਜਿਹੜਾ ਕਾਨੂੰਨ ਬਣਿਆ, ਉਸ ਤੋਂ ਵੀ ਪਹਿਲਾਂ ਦੇ ਰਹਿ ਰਹੇ ਹੋ? ਹਾਂਜੀ। ਤੁਹਾਡੇ ਤਾਂ ਉਹ ਕਾਨੂੰਨ ਵੀ ਲਾਗੂ ਨਹੀਂ ਹੁੰਦਾ? ਨਹੀਂ, ਰੈਜੀਡੈਂਸੀ ਤੋਂ ਪਹਿਲਾਂ? ਨਹੀਂ ਜੀ, ਸਾਡੇ ਹੁਣ ਬਾਲ ਬੱਚਿਆਂ ਨੂੰ ਸਾਡੇ ਦਾਦੇ ਪੜਦਾਦੇ ਕਦੋਂ, ਸਾਨੂੰ ਉਹ ਕੋਈ ਪਤਾ ਨਹੀਂ। ਹੁਣ ਅਸੀਂ ਕਿਸ ਤਰ੍ਹਾਂ ਕਹਿ ਦਈਏ ਵੀ ਨੇਚਰ, ਅਸੀਂ ਜਦੋਂ ਬਚਪਨ ਤੋਂ ਇੱਥੇ ਰਹਿਣ ਦੇ, ਹੁਣ 40-50-60 ਸਾਲ ਸਾਡੀ ਉਮਰ, ਸਾਨੂੰ ਕਿਸ ਤਰ੍ਹਾਂ ਪਤਾ ਵੀ ਦਾਦੇ ਪੜਦਾਦੇ ਅਸੀਂ ਕਿਉਂ ਆਉਣਾ, ਆਪਣੇ ਬਾਰੇ ਦੱਸਣਾ ਨਾ। ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਹਾਂਜੀ, ਠੀਕ ਹੈ ਜੀ, ਉਹਦੇ 'ਤੇ ਕਿੰਨਾ ਯਕੀਨ? ਉਹਦੇ 'ਤੇ ਸਾਨੂੰ ਪੂਰਾ ਭਰੋਸਾ, ਜਿੰਨਾ ਅਸੀਂ ਪਰਿਵਾਰ ਇੱਥੇ ਰਹਿੰਦੇ ਹਾਂ, ਸਭ ਇਕਜੁੱਟ ਹੋ ਕੇ ਰਮਨ ਦੇ ਆ ਰਹੇ, ਇਕਜੁੱਟ ਹੋ ਕੇ ਲੜਾਈ ਲੜਾਂਗੇ, ਅਸੀਂ ਕੁਛ ਹੋ ਜੇ ਪਿੱਛੇ ਨਹੀਂ ਆ। ਗੌਰਮੈਂਟ ਸਾਡੇ, ਪੰਜਾਬ ਸਰਕਾਰ ਸਾਡੇ ਨਾਲ ਆ, ਉਹ ਸਾਡੀ ਬਹੁਤ ਹੈਲਪ ਕਰਨ ਦੇ, ਅਸੀਂ ਉਹਨਾਂ ਦੇ ਨਾਲ ਆ। ਬਾਕੀ ਜੋ ਕਾਨੂੰਨ ਗੌਰਮੈਂਟ, ਪੰਜਾਬ ਗੌਰਮੈਂਟ, ਸੈਂਟਰ ਗੌਰਮੈਂਟ ਕਰਦੀ, ਜਿਹੜੀ ਇੱਥੋਂ ਦੀ ਗੌਰਮੈਂਟ ਆ, ਇਹ ਮਤਲਬ ਸਾਥ ਨਹੀਂ ਦੇਦੀ, ਇਹ ਸਾਈਡ ਹੋ ਜਾਂਦੀ ਹੈ। ਨਹੀਂ, ਪਰ ਸੈਂਟਰ ਗੌਰਮੈਂਟ ਦੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ, ਉਹ ਸਪੈਸ਼ਲੀ ਇੱਥੋਂ ਦੇ ਮੁੱਖ ਮੰਤਰੀ ਕਿਰਨੌਰ ਸੰਗਮਾ ਨੇ ਜਿਹੜੇ ਉਹਨਾਂ ਨੂੰ ਮਿਲੇ ਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਮਿਲਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਮਿਲੇ ਨੇ, ਔਰ ਪੰਜਾਬ ਸਰਕਾਰ ਦਾ ਨੁਮਾਇੰਦਾ ਵੀ। ਸੋ ਇਹਨਾਂ ਸਰਕਾਰਾਂ ਤੋਂ ਤੁਹਾਨੂੰ ਕਿੰਨੀ ਉਮੀਦ ਹੈ? ਇਹ ਸਾਨੂੰ ਬਹੁਤ ਉਮੀਦ ਹੈ, ਜੋ ਕੁਛ ਕਰਨਾ ਸਾਡੀ ਇਹਨਾਂ ਸਰਕਾਰਾਂ ਨੇ ਕਰਨਾ ਔਰ ਪੰਜਾਬ ਸਰਕਾਰ ਨੇ ਕਰਨਾ। ਅਸੀਂ ਇਸ ਮੁੱਦੇ 'ਤੇ ਵੀ ਆਵਾਂਗੇ ਕਿ ਕਿੰਨਾ ਕੁ ਜਿਹੜਾ ਇਹ ਜਿਹੜਾ ਸਮਰਥਨ ਹੈ ਉਹ ਕਿੰਨਾ ਕੁ ਸਹਾਇਕ ਹੋ ਸਕਦਾ ਹੈ ਇਹਨਾਂ ਸੰਸਥਾਵਾਂ ਵੱਲੋਂ ਜੋ ਕੀਤਾ ਜਾ ਰਿਹਾ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਪੰਜਾਬ ਸਰਕਾਰ ਹੋਵੇ, ਜਾਂ ਅਕਾਲੀ ਦਲ ਹੋਵੇ, ਅਤੇ ਜਾਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ। ਪਹਿਲਾਂ ਅਸੀਂ ਲੋਕਲ ਰੈਜੀਡੈਂਸ਼ੀਅਲ ਦੀ ਹੋਰ ਰਹਿ ਜਾਣ ਲੈਂਦੇ ਹਾਂ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਇਸ ਕਲੋਨੀ ਦੇ, ਇਹਨਾਂ ਤੋਂ ਖੜ੍ਹੇ ਨਹੀਂ ਹੋਇਆ ਜਾਣਾ, 2 ਮਿੰਟ ਲਈ। ਅੱਛਾ, ਅਤੇ ਕੀ ਨਾਮ ਹੈ ਬਜ਼ੁਰਗ? ਮੇਰਾ ਨਾਮ ਦਰਸ਼ਨ ਸਿੰਘ। ਦਰਸ਼ਨ ਸਿੰਘ ਜੀ, ਤੁਹਾਡੀ ਕਿੰਨੀ ਉਮਰ ਹੈ? ਮੇਰੀ 85 ਸਾਲ। 85 ਸਾਲ ਦੀ ਉਮਰ ਹੈ। 85 ਸਾਲ ਦੇ ਵਿੱਚ ਕਦੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਉਜਾੜੇ ਦੀ ਤਲਵਾਰ ਸਿਰ 'ਤੇ ਲਟਕੀ ਹੈ ਕਦੀ? ਮਤਲਬ ਪਹਿਲੇ ਹੁੰਦੇ ਸੰਗੇ, ਲੇਕਿਨ ਇਸ ਤਰ੍ਹਾਂ ਦੇ ਹਾਲਾਤ ਨਹੀਂ ਕਦੀ ਹੋਏ। ਇਸ ਵਾਰੀ ਜ਼ਿਆਦਾ ਗੰਭੀਰ, ਇਸ ਵਰਸ ਜ਼ਿਆਦਾ ਗੰਭੀਰ ਆ। ਧੀਏ ਦੇ ਵਾਸਤੇ ਹੀ ਕਹਿੰਦੇ ਹਾਂ ਕਿ ਜੇ ਅਸੀਂ ਇੰਨੇ ਚਿਰ ਦੇ ਉੱਥੇ ਬੈਠੇ ਹੋਏ ਹਾਂ, ਸਾਨੂੰ ਮਤਲਬ ਕਿ ਇੱਥੋਂ ਨਾ ਇਸ ਤਰ੍ਹਾਂ ਕੁਛ ਕੀਤਾ ਜਾਵੇ, ਕਿਉਂਕਿ ਸਾਨੂੰ ਬਹੁਤ ਚਿਰ ਹੋ ਗਿਆ ਇੱਥੇ ਬਹਿੰਦਿਆਂ ਨੂੰ। ਤੁਹਾਡੇ ਪਰਿਵਾਰ 'ਚ ਮੈਂ ਜਾਣਨਾ ਚਾਹੂੰਗਾ, ਮੈਂ ਜਾਣਨਾ ਚਾਹੂੰਗਾ ਅੱਗੇ ਤੁਹਾਡਾ ਪਰਿਵਾਰ 'ਚ ਕੀ ਹੈ, ਕਿਹੜੇ ਕਿਹੜੇ ਮੈਂਬਰ ਨੇ, ਕੀ ਕਿੰਨੇ ਬੱਚੇ? ਸਾਡੇ ਬੱਚੇ 4 ਬੱਚੇ ਆ, ਇੱਕ ਲੜਕਾ ਤਾਂ ਉਹ ਗੁਜ਼ਰ ਗਿਆ, ਬਸ ਮੇਰੀ ਲੜਕੀਆਂ ਨੇ 4, ਔਰ 2 ਬੱਚੇ ਆ, ਪੋਤੇ 2। ਵਿਆਹੀਆਂ ਹੋਈਆਂ ਲੜਕੀਆਂ ਜੀ? ਨਹੀਂ।
ਚਾਰ ਲੜਕੀਆਂ ਨੇ ਵਿਆਹਣ ਵਾਲੀਆਂ ਨੇ, ਉੱਪਰੋਂ ਉਜਾੜੇ ਦੀ ਤਲਵਾਰ ਲਟਕ ਜਾਣੀ, ਕਿੰਨੀ ਚਿੰਤਾ? ਬਹੁਤ ਜ਼ਿਆਦਾ ਚਿੰਤਾ ਜੀ, ਬਹੁਤ ਜ਼ਿਆਦਾ ਹੀ ਚਿੰਤਾ ਜੀ। ਅਸੀਂ ਤਾਂ ਚਿੰਤਾ ਦੇ ਵਿੱਚ ਪਾਗਲ ਹੋਏ ਹਾਂ ਕਿ ਸਾਨੂੰ ਮਤਲਬ ਕਿ ਇੱਥੇ ਰਿਹਾ ਜਾਏ, ਜਿਸ ਤਰ੍ਹਾਂ ਵੀ ਅਸੀਂ ਰਹਿੰਦੇ ਹਾਂ ਇੱਥੇ, ਸਾਨੂੰ ਉਸ ਤਰ੍ਹਾਂ ਦਾ ਸਾਡੇ ਹਾਲਾਤ 'ਤੇ ਸਾਨੂੰ ਛੱਡ ਦੇਣ। ਅੱਛਾ, ਤੁਹਾਡਾ 85 ਸਾਲ ਦਾ ਤਜਰਬਾ ਹੈ ਨਾ, ਇਸ ਵੇਲੇ ਉਤਰਾਅ ਚੜ੍ਹਾਅ ਹੈ, ਜਿਵੇਂ 1996 ਦੇ ਵਿੱਚ ਵੀ ਕਿਸੇ ਨੇ ਅੱਗ ਲਗਾ ਦਿੱਤੀ ਸੀ ਕਲੋਨੀ ਦੇ ਵਿੱਚ, ਹੈ ਨਾ, ਅਤੇ ਤੁਹਾਨੂੰ ਲੱਗਦਾ ਵੀ ਇਸ ਵਾਰ ਵੀ ਮਸਲਾ ਕਿਵੇਂ ਨਾ ਕਿਵੇਂ ਹੱਲ ਹੋ ਜੂਗਾ? ਅਸੀਂ ਸੋਚਦੇ ਤਾਂ ਹੈ ਕਿ ਹੋ ਜਾਏਗਾ, ਲੇਕਿਨ ਇਸ ਤਰ੍ਹਾਂ ਲੱਗਦਾ ਵੀ ਹੈ ਕਦੀ ਕਿ ਜਿਸ ਤਰ੍ਹਾਂ ਦਾ ਮਸਲਾ ਇਹਨਾਂ ਨੇ ਚੁੱਕਿਆ, ਇਸ ਤਰ੍ਹਾਂ ਦਾ ਮਸਲਾ ਹੱਲ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਥੋੜ੍ਹਾ ਜ਼ਿਆਦਾ ਗੰਭੀਰ ਹੋ ਗਿਆ? ਜ਼ਿਆਦਾ ਗੰਭੀਰ ਹੋ ਗਿਆ। ਹਾਂਜੀ, ਸਿਆਸਤਦਾਨ ਜਿਹੜੇ ਨੇ ਉਹ ਵੋਟਾਂ ਤੋਂ ਪਹਿਲਾਂ ਤੁਹਾਡੇ ਕੋਲ ਆਏ ਹੋਣਗੇ, ਹੁਣੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਵਿਧਾਨ ਸਭਾ ਦੀਆਂ ਹੋਈਆਂ ਨੇ, ਉਹ ਉਦੋਂ ਤੁਸੀਂ ਉਹਨਾਂ ਕੋਲ ਮਸਲਾ ਨਹੀਂ ਉਠਾਉਂਦੇ ਵੀ ਸਾਨੂੰ ਕੋਈ ਨਿਯਮਤ ਕਰੋ, ਕਿਉਂ ਨਹੀਂ? ਵਕਤ ਕਈ ਇਸ ਤਰ੍ਹਾਂ ਦਾ ਕੋਈ ਗੰਭੀਰ ਤਾਂ ਹੋਇਆ ਹੀ ਨਹੀਂ, ਇਸ ਤਰ੍ਹਾਂ ਦਾ ਕਿ ਇਸ ਤਰ੍ਹਾਂ ਦਾ ਕੋਈ ਗੰਭੀਰ ਹੋਇਆ ਹੋਵੇ ਤਾਂ ਅਸੀਂ ਕਿਸੇ ਨਾਲ ਗੱਲ ਕਰੀਏ, ਕੋਈ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਪਰ ਜਦੋਂ ਵੋਟਾਂ ਮੰਗਣ ਆਉਂਦੇ ਨੇ, ਤੁਸੀਂ ਇਸ ਨੂੰ ਮੁੱਦਾ ਬਣਾ ਕੇ ਨਹੀਂ ਰੱਖਦੇ ਵੀ ਸਾਨੂੰ ਜਿਹੜਾ ਇਹ ਸਾਡੀ ਟੈਨਸ਼ਨ ਦੂਰ ਕਰੋ? ਇਸ ਤਰ੍ਹਾਂ ਦਾ ਮੁੱਦਾ ਕਦੀ ਉਠਾਇਆ ਨਹੀਂ। ਇਸ ਤਰ੍ਹਾਂ ਹੀ ਐਤਕਾਂ ਦੇ ਚੁਣਾਵ 2-3 ਹੋਏ ਨੇ, ਇਹਨਾਂ ਦੇ ਵਿੱਚ ਇਹ ਮੁੱਦਾ ਉੱਠਿਆ ਹੈ, ਅਤੇ ਫਿਰ ਸਾਨੂੰ ਇਹ ਪਤਾ ਲੱਗਾ ਕਿ ਆਹ ਗੱਲ ਇਸ ਤਰ੍ਹਾਂ ਹੈ। ਹਾਂਜੀ, ਇਸ ਵਾਰੀ ਨੇਤਾਵਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਵੀ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ? ਕਿਸੇ ਨੇ ਨਹੀਂ ਕੋਈ ਵਾਅਦਾ ਕੀਤਾ, ਆਏ ਨੇ ਬਸ, ਵੋਟਾਂ ਮੰਗੀਆਂ ਦੇ ਦਿੱਤੀਆਂ ਬਸ। ਅਹਿਮ ਗੱਲ, ਇਹਨਾਂ ਬਜ਼ੁਰਗਾਂ ਦੀ ਕਾਫੀ ਅਹਿਮ ਗੱਲ ਹੈ ਕਿ ਮੁੱਦਾ ਪਹਿਲਾਂ ਉੱਠਦਾ ਹੀ ਨਹੀਂ ਸੀ, ਉਠਾਇਆ ਹੀ ਨਹੀਂ ਜਾਂਦਾ ਸੀ, ਇਸ ਵਾਰੀ ਥੋੜ੍ਹਾ ਉੱਠਿਆ, ਪਰ ਕਿਸੇ ਨੇ ਅਜੇ ਤੱਕ ਇਹ ਠੋਸ ਰੂਪ 'ਚ ਵਾਅਦਾ ਨਹੀਂ ਕੀਤਾ ਕਿ ਉਹਨਾਂ ਦਾ ਇਹ ਮਸਲਾ ਹੱਲ ਕਰਤਾ ਜਾਊ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਬਾਹਰੋਂ ਸਮਰਥਨ ਜਿਹੜਾ, ਉਹ ਸ਼ਿਲੌਂਗ ਤੋਂ ਬਾਹਰ ਕਹਿ ਲਈਏ, ਮੇਘਾਲਿਆ ਤੋਂ ਬਾਹਰ ਸਮਰਥਨ ਜਿਹੜਾ ਉਹ ਪੰਜਾਬੀ ਭਾਈਚਾਰੇ ਵੱਲੋਂ, ਸਿੱਖ ਭਾਈਚਾਰੇ ਵੱਲੋਂ ਕਾਫੀ ਵੱਡੇ ਰੂਪ 'ਚ ਮਿਲਿਆ। ਕਹਿ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਕਾਇਦਾ ਇੱਥੇ ਵਫ਼ਦ ਭੇਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ, ਉਸ ਤੋਂ ਬਾਅਦ ਸਟੈਂਡ ਲਿਆ ਗਿਆ, ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਦੌਰਾ ਕਰ ਚੁੱਕੇ ਨੇ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ, ਉਹ ਇਸ ਸਾਰੇ ਮਾਮਲੇ 'ਤੇ ਜਿਹੜੇ ਉਹ ਚਰਚਾ ਕਰ ਰਹੇ ਨੇ ਜਾਂ ਮੁੱਦੇ ਨੂੰ ਉਠਾ ਰਹੇ ਨੇ, ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਲ ਕਰ ਲਈਏ, ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਨੇ, ਉਹ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾ ਰਹੇ ਨੇ। ਹਰਸਿਮਰਤ ਕੌਰ ਬਾਦਲ ਨੇ ਖਾਸ ਤੌਰ 'ਤੇ ਇੱਥੋਂ ਦੇ ਮੁੱਖ ਮੰਤਰੀ ਜਿਹੜੇ ਕਿਨੌੜ ਸੰਗਮਾਂ ਨੇ, ਉਹਨਾਂ ਨੂੰ ਬਾਕਾਇਦਾ ਮਿਲ ਕੇ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲ ਕੇ ਬਾਕਾਇਦਾ ਇਸ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਦਾ ਹੱਲ ਕੱਢਣ ਦੀ ਮੰਗ ਕੀਤੀ। ਅਤੇ ਉਸ ਵੇਲੇ ਇੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹੀ ਕਿਹਾ ਕਿ ਉਹਨਾਂ ਦੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਹੈ, ਉਹ ਇਨਸਾਫ ਦਵਾਉਣਗੇ, ਜਿਹੜਾ ਬਣਦੀ ਕਾਰਵਾਈ ਕਰਨਗੇ। ਪਰ ਇੱਥੇ ਇੱਕ ਦੱਸ ਦਈਏ, ਇੱਕ ਵੱਡਾ ਪੇਚ ਹੈ, ਪੂਰਾ ਮਾਮਲਾ ਅਦਾਲਤ ਦੇ ਵਿੱਚ ਹੈ, ਮੇਘਾਲਿਆ ਹਾਈ ਕੋਰਟ ਦੇ ਵਿੱਚ ਪੂਰਾ ਮਾਮਲਾ ਹੈ। ਹਾਈ ਕੋਰਟ ਦੀ ਪੇਚੀਦਗੀ ਕੀ ਹੈ, ਉਹ ਸਾਡੇ ਨਾਲ ਗੁਰਜੀਤ ਸਿੰਘ ਲਗਾਤਾਰ ਬਣੇ ਹੋਏ ਨੇ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਗੁਰਜੀਤ ਸਿੰਘ ਜੀ, ਜਿੱਦਾਂ ਸਾਰੇ ਭਾਈਚਾਰੇ ਦੀ ਹੈ ਨਾ, ਜਿੱਦਾਂ ਗੱਲ ਸੁਣੀ, ਬੜੇ ਚਿੰਤਾ 'ਚ ਪੂਰਾ ਭਾਈਚਾਰਾ ਹੈ ਨਾ, ਔਰ ਤੁਹਾਡੇ 'ਤੇ ਕਾਫੀ ਟੇਕ ਰੱਖ ਰਹੇ ਨੇ ਕਿ ਸਹੀ ਅਗਵਾਈ ਕਰ ਰਹੇ ਨੇ, ਅਸੀਂ ਗੱਲ ਕਰਦੇ ਹਾਂ। ਇੱਕ ਤਾਂ ਜਿਹੜੀਆਂ ਬਾਹਰਲੀਆਂ ਸੰਸਥਾਵਾਂ ਨੇ ਉਹਨਾਂ 'ਤੇ ਵੀ ਆਵਾਂਗੇ, ਜਿਹੜੀਆਂ ਸਿੱਖ ਸੰਸਥਾਵਾਂ ਤੁਹਾਨੂੰ ਸਮਰਥਨ ਕਰ ਰਹੀਆਂ ਨੇ, ਕਿੱਦਾਂ ਦਾ ਕਰ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਮਾਮਲਾ ਅਦਾਲਤ ਦੇ ਵਿੱਚ ਹੈ। ਜਦੋਂ ਮਾਮਲਾ ਅਦਾਲਤ ਦੇ ਵਿੱਚ ਆ ਜਾਂਦਾ ਤਾਂ ਉੱਥੇ ਸਰਕਾਰਾਂ ਵੀ ਹੱਥ ਖੜ੍ਹੇ ਕਰ ਜਾਂਦੀਆਂ ਨੇ ਅਤੇ ਦੂਜੀਆਂ ਸੰਸਥਾਵਾਂ ਵੀ ਹੱਥ ਖੜ੍ਹੇ ਕਰ ਜਾਂਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਅਦਾਲਤ ਦੇ ਵਿੱਚ ਕਿਸ ਸਟੇਟਸ ਦੇ ਵਿੱਚ ਹੈ ਇਸ ਵੇਲੇ ਇਹ ਮਾਮਲਾ? ਨਹੀਂ, ਜਿਹੜਾ ਅਦਾਲਤ ਦੇ ਵਿੱਚ ਹੈ ਜੀ, ਪਿਛਲੇ 15 ਫਰਵਰੀ 2019 ਦੇ ਵਿੱਚ ਹਾਈ ਕੋਰਟ ਦੇ ਵਿੱਚ ਅਸੀਂ ਜਿਹੜਾ ਇਹਨਾਂ ਹਾਈ ਲੈਵਲ ਕਮੇਟੀ ਬਣਾਈ ਨਾ, ਉਹਦੇ ਮਾਮਲੇ ਦੇ ਵਿੱਚ, ਅਤੇ ਜਿਹੜਾ ਇੱਥੋਂ ਦੇ ਮਤਲਬ ਜਿਹੜਾ ਲੋਕ ਰਹਿੰਦੇ ਇੰਨੇ ਸਾਲਾਂ ਤੋਂ ਰਹਿ ਰਹੇ ਨਾ ਜੀ, ਉਹਦੇ ਇਸ਼ੂ ਦੇ ਵਿੱਚ ਅਸੀਂ ਇੱਕ ਪਟੀਸ਼ਨ ਪਾਈ ਹੋਈ ਸੀ, ਅਤੇ ਜਿਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਆ ਕਿ ਜਦਕਿ ਸਾਨੂੰ ਇੱਥੇ 200 ਸਾਲ ਤੋਂ ਪੁਰਾਣੇ ਰਹਿ ਰਹੇ ਆ ਨਾ,
ਅਤੇ ਹਾਈ ਕੋਰਟ ਨੇ ਕਿਹਾ ਕਿ ਅਗਰ ਗੌਰਮੈਂਟ ਇਹਨਾਂ ਨੂੰ ਇੱਥੋਂ ਹਟਾਉਣਾ ਚਾਹੁੰਦੀ ਆ, ਗੌਰਮੈਂਟ ਇਹਨਾਂ ਨੂੰ ਅਗਰ ਹਟਾਉਣਾ ਚਾਹੁੰਦੀ ਆ ਤਾਂ ਉਹਦੇ ਵਾਸਤੇ ਇਹ ਆਪਣਾ ਜਿਹੜਾ ਸਿਵਲ ਕੋਰਟ ਦੇ ਵਿੱਚ ਜਾਣ, ਕਿਉਂਕਿ ਜਿਹੜਾ ਮਾਮਲਾ ਜਿਹੜਾ ਇਸ਼ੂ ਹੈ ਨਾ ਸਿਵਲ ਇਨ ਨੈਚਰ ਆ, ਇਹ ਮਤਲਬ ਸਿਵਲ ਸੂਟ ਕਰਕੇ ਇਹ ਹੋ ਸਕਦਾ ਹਾਈ ਕੋਰਟ ਦੇ ਵਿੱਚ, ਮਤਲਬ ਹਾਈ ਕੋਰਟ ਇਹ ਮਸਲੇ ਨੂੰ ਨਹੀਂ ਲੈ ਸਕਦਾ। ਅਤੇ ਉਹਨਾਂ ਨੇ ਕਿਹਾ ਕਿ 200 ਸਾਲ ਤੋਂ ਇਹ ਰਹਿ ਰਿਹਾ ਹਾਈ ਕੋਰਟ ਨੇ, ਅਤੇ ਅਗਰ ਇਹਨਾਂ ਨੂੰ ਹਟਾਉਣਾ ਤਾਂ ਉਹ ਗੌਰਮੈਂਟ ਜਿਹੜੀ ਆ ਉਹ ਸਿਵਲ ਕੋਰਟ 'ਚ ਜਾਵੇ ਅਤੇ ਸਿਵਲ ਕੋਰਟ ਦੇ ਵਿੱਚ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਹੋਊਗਾ, ਉਹਦੇ ਵਿੱਚ ਬਾਅਦ ਦੇ ਵਿੱਚ ਟਾਈਟਲ ਡਿਕਲੇਅਰ ਹੋਊਗਾ, ਅਗਰ ਗੌਰਮੈਂਟ ਕੋਲ ਟਾਈਟਲ ਹੁੰਦਾ ਆ ਉਹਦੇ ਬਾਅਦ 'ਚੋਂ ਕਾਰਵਾਈ ਕਰਕੇ ਇੱਥੋਂ ਹਟਾ ਸਕਦੀ ਆ। ਅਤੇ ਉਹਦੇ ਵਿੱਚ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਮਤਲਬ ਕਿਹਾ ਕਿ ਗੌਰਮੈਂਟ ਨੇ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੰਗ ਨਾ ਕੀਤਾ ਜਾਵੇ ਇੱਥੋਂ ਦੇ ਜਿਹੜੇ ਰੈਸੀਡੈਂਟਸ ਆ। ਅਤੇ ਇਹ ਕਲੀਅਰ ਜੱਜਮੈਂਟ ਦਿੱਤਾ ਗੌਰਮੈਂਟ ਨੇ, ਗੌਰਮੈਂਟ ਨੂੰ ਜਾਣਾ ਚਾਹੀਦਾ। ਤੁਸੀਂ ਬੜੀ ਅਹਿਮ ਗੱਲ ਕਹੀ ਹੈ ਕਿ ਮਾਨਯੋਗ ਹਾਈ ਕੋਰਟ ਦੀ ਇਹ ਹਦਾਇਤ ਸਰਕਾਰ ਵੱਲੋਂ ਜਾਰੀ ਹੋਈ ਹੋਈ ਹੈ ਕਿ ਇਸ ਭਾਈਚਾਰੇ ਨੂੰ ਜਿੰਨੀ ਦੇਰ ਕੋਈ ਫੈਸਲਾ ਨਹੀਂ ਆਉਂਦਾ ਉਸ 'ਤੇ ਸਟੇਅ ਹੈ, ਔਰ ਇਸ ਦੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਕੋਈ ਤੰਗ ਵੀ ਨਾ ਕੀਤਾ ਜਾਵੇ। ਪਰ ਥ੍ਰੈਟ ਕਿਸ ਪਾਸਿਓਂ ਹੋ ਰਿਹਾ ਫਿਰ? ਥ੍ਰੈਟ ਤਾਂ ਉਹ HNLC ਹਾਈ ਲੈਵਲ, ਇੱਕ ਤਾਂ ਹੈਗੀ ਹਾਈ ਲੈਵਲ ਕਮੇਟੀ ਜਿਹੜੀ ਗੌਰਮੈਂਟ ਨੇ ਬਣਾਈ, ਜਿਹਦੇ ਵਿੱਚ ਡਿਪਟੀ CM, ਹੋਮ ਮਿਨਿਸਟਰ, ਅਰਬਨ ਅਫੇਅਰ ਮਿਨਿਸਟਰ, ਡਿਸਟ੍ਰਿਕਟ ਕੌਂਸਲ ਦਾ ਚੀਫ, ਇਹ ਜਿਹੜੀ ਆ ਇੱਕ ਉਹ ਮਤਲਬ ਜਿਹੜੀ ਉਹ ਕਾਰਵਾਈ ਆਪਣੀ ਰੋਕਦੀ ਨਹੀਂ ਆ। ਪਰ ਇਹ ਤਾਂ ਜਿਹੜੀ ਹਾਈ ਲੈਵਲ ਕਮੇਟੀ ਹੈ ਨਾ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹ ਵੀ ਇਹ ਥ੍ਰੈਟ ਦੇ ਵਿੱਚ ਸ਼ਾਮਲ ਹੈ, ਮੁੱਖ ਮੰਤਰੀ ਜਿਹੜੇ ਸੰਗਮਾ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੀ ਇਹ ਕਮੇਟੀ ਬਣਾਈ ਹੈ ਉਹ ਮਸਲਾ ਹੱਲ ਕਰੂਗੀ। ਜੇ ਉਸੇ ਕਮੇਟੀ ਦੇ ਉੱਤੇ ਇਸ ਤਰ੍ਹਾਂ ਦਾ ਕਿੰਤੂ ਪ੍ਰੰਤ ਹੁੰਦਾ ਫਿਰ ਉਹ ਤੋਂ ਉਮੀਦ ਕਿਵੇਂ ਕਰ ਸਕਦੇ? ਨਹੀਂ, ਉਹ ਜਿਹੜੀ ਹਾਈ ਲੈਵਲ ਕਮੇਟੀ ਆ ਨਾ ਜੀ, ਕੋਰਟਵੇਟ ਦੇ ਵਿੱਚ ਵੀ ਉਹਨਾਂ ਜਿਹੜਾ ਐਫੀਡੇਵਿਟ ਦਿੱਤਾ ਉਹ ਐਡਮਿਟਡ ਫੈਕਟ ਆ। ਉਹਨਾਂ ਨੇ ਇਹ ਗੱਲ ਕਿਹਾ ਹੈ ਕਿ ਕਹੀ ਹੈ ਕਿ ਇਹ ਜਿਹੜੀ ਕਮੇਟੀ ਆ ਇਹ ਐਡਵਾਈਜ਼ਰੀ ਬੋਡੀ ਆ। ਪਰ ਗੌਰਮੈਂਟ ਜਦੋਂ ਇਹ ਗੱਲ ਕਹਿੰਦੀ ਕਿ ਐਡਵਾਈਜ਼ਰੀ ਬੋਡੀ ਆ ਹਾਈ ਲੈਵਲ ਕਮੇਟੀ, ਫਿਰ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਰੀਲੋਕੇਟ ਕਰਨ ਵਾਸਤੇ ਨੋਟਿਸ ਕਿਸ ਤਰ੍ਹਾਂ ਦਿੰਦੀ ਹੈ? ਮਤਲਬ ਜਾਂ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਅਰਬਨ ਅਫੇਅਰਸ ਨੂੰ ਇਹ ਨੋਟਿਸ ਕਿਸ ਤਰ੍ਹਾਂ ਦਿੰਦੀ ਆ ਕਿ ਤੁਸੀਂ ਜਿੰਨੇ ਇੱਥੋਂ ਦੇ ਲੋਕ ਆ ਉਹਨਾਂ ਸਾਰਿਆਂ ਨੂੰ ਨੋਟਿਸ ਦਿਓ? ਵੀਰ ਜੀ, ਅਸੀਂ ਇੱਕ ਹੋਰ ਜਾਣਨਾ ਚਾਹਾਂਗੇ, ਜਿਹੜੇ ਇੱਥੋਂ ਦੇ ਵਾਸਿੰਦੇ ਨੇ ਉਹਨਾਂ ਕੋਲ ਸਾਰਿਆਂ ਕੋਲ ਆਧਾਰ ਕਾਰਡ ਜਾਂ ਕਹਿ ਲਈਏ ਕਿ ਬਾਕੀ ਜਿੱਦਾਂ ਡਾਕੂਮੈਂਟ ਹੁੰਦੇ ਨੇ ਉਹ ਸਾਰੇ ਹੈਗੇ? ਸਭ ਹੈਗੇ, ਸਾਰੇ ਬਿਜਲੀ ਕਨੈਕਸ਼ਨ ਜੇਬ ਸਭ ਹੈਗੇ ਜੀ, ਡਾਕੂਮੈਂਟ ਸਾਰੇ, ਰਾਸ਼ਨ ਕਾਰਡ ਵੀ ਹੈਗੇ ਆ, ਵੋਟਰ ਲਿਸਟ ਵੀ, ਵੋਟਰ ਕਾਰਡ ਵੀ ਹੈਗੇ ਆ। ਇਹ ਜਿਹੜੀ ਕਲੋਨੀ ਹੈ ਨਾ ਜੀ, ਇਹ ਤਾਂ ਮਤਲਬ ਇਹ ਜਾਣ ਬੁੱਝ ਕੇ ਇੱਥੋਂ ਨਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਜਿਹੜੀ ਕਲੋਨੀ ਹੈ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਇਹ ਕਲੋਨੀ ਐਜ਼ ਆ ਕਲੋਨੀ ਰਜਿਸਟਰਡ ਆ, ਕਿਉਂਕਿ ਇੱਥੋਂ ਜਿਹੜਾ ਪੋਲਿੰਗ ਬੂਥ ਹੈ ਨਾ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਮਤਲਬ ਇੱਥੋਂ ਦੇ ਨਾਂ ਦੇ ਉੱਤੇ, ਗੁਰੂ ਨਾਨਕ ਸਕੂਲ ਦੇ ਨਾਂ ਦੇ ਉੱਤੇ ਪੋਲਿੰਗ ਬੂਥ ਰਜਿਸਟਰਡ ਆ ਹਰੀਜਨ ਕਲੋਨੀ ਦਾ। ਅਤੇ ਉਸ ਤੋਂ ਬਾਅਦ ਦੇ ਵਿੱਚ ਵੋਟਰ ਲਿਸਟ ਜਿਹੜੀ ਆ ਉਹ ਆਪਣੀ ਇੱਕ ਪਾਰਟ ਜਿਹੜਾ ਵਾ ਉੱਥੋਂ ਦਾ ਪੂਰਾ ਵੱਖਰਾ ਆ, ਅਤੇ ਪਹਿਲੇ ਇਲੈਕਸ਼ਨ ਤੋਂ ਇੱਥੋਂ ਦੇ ਲੋਕ ਜਿਹੜੇ ਆ ਵੋਟਿੰਗ ਕਰਦੇ ਆ ਰਹੇ ਆ। ਅਤੇ ਹਟਾਉਣ ਦਾ ਤਾਂ ਇੱਥੇ ਗੌਰਮੈਂਟ ਮਤਲਬ ਸਾਰੇ ਪਰੂਫ ਹੁੰਦਿਆਂ ਹੋਇਆ ਫਿਰ ਵੀ ਗੌਰਮੈਂਟ ਜਿਹੜੀ ਆ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦੀ, ਕਹਿੰਦੇ ਕਿ ਜਿਹੜੇ ਆ ਇੱਥੋਂ ਦੇ ਲੋਕ ਜਿਹੜੇ ਗੈਰ ਕਾਨੂੰਨੀ ਰਹਿ ਰਹੇ। ਗੈਰ ਕਾਨੂੰਨੀ ਕਿਸ ਤਰ੍ਹਾਂ ਆ ਗਏ ਜੀ, ਜਿਹੜਾ ਪੀੜ੍ਹੀ ਦਰ ਪੀੜ੍ਹੀ ਲੋਕ ਰਹਿ ਰਹੇ ਨੇ ਇੱਥੇ। ਡਿਪਟੀ ਮੁੱਖ ਮੰਤਰੀ 'ਤੇ ਤੁਹਾਨੂੰ ਕੋਈ ਮਤਲਬ ਬਹੁਤਾ ਭਰੋਸਾ ਨਹੀਂ ਦਿਖ ਰਿਹਾ ਜਿਸ ਤਰ੍ਹਾਂ ਤੁਹਾਡੀ ਗੱਲਬਾਤ ਹੈ ਜਾਂ ਮਤਲਬ ਹੈ? ਪਰ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਉਹ ਭਰੋਸਾ ਦੇ ਚੁੱਕੇ ਨੇ, ਸ਼੍ਰੋਮਣੀ ਕਮੇਟੀ ਨੂੰ ਉਹ ਭਰੋਸਾ ਦੇ ਚੁੱਕੇ ਨੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਾਂ ਬਾਕੀ ਸੰਸਥਾਵਾਂ ਨੂੰ ਕਿ ਉਹਨਾਂ ਦੀ ਨੀਅਤ 'ਤੇ ਸ਼ੱਕ ਨਾ ਕੀਤਾ ਜਾਵੇ, ਉਹ ਸਿੱਖ ਭਾਈਚਾਰੇ ਨੂੰ ਉਹਨਾਂ ਦੇ ਬਣਦੇ ਹੱਕ ਜਿਹੜੇ ਨੇ ਉਹ ਜਿਸ ਤਰ੍ਹਾਂ ਮਤਲਬ ਕਾਨੂੰਨ ਕਹੇਗਾ ਉਸ ਤਰ੍ਹਾਂ ਜਾਂ ਜਿਸ ਤਰ੍ਹਾਂ ਜਾਇਜ਼ ਹੋਵੇਗਾ ਉਹ ਦਿੱਤਾ ਜਾਵੇਗਾ? ਹਾਈ ਲੈਵਲ ਕਮੇਟੀ ਜਿਹੜੀ ਹੈ ਨਾ, ਹਾਈ ਲੈਵਲ ਕਮੇਟੀ ਦੇ ਉੱਤੇ ਮਤਲਬ ਭਰੋਸਾ ਕੀਤਾ ਹੀ ਨਹੀਂ ਜਾ ਸਕਦਾ ਜੀ, ਕਿਉਂਕਿ ਹਾਈ ਲੈਵਲ ਕਮੇਟੀ ਨੇ ਜਿਹੜੇ ਆ ਉਹ ਮਿਊਨਿਸਪੈਲਿਟੀ ਕੋਲ 300 ਪਰਿਵਾਰਾਂ ਨੂੰ ਨੋਟਿਸ ਦਿਵਾਏ, ਠੀਕ ਹੈ ਨਾ। ਉਹ ਤੋਂ ਇਲਾਵਾ ਉਹਨੇ ਇੱਕ ਪਰਿਵਾਰ ਨੂੰ ਇੱਥੋਂ ਰੀਲੋਕੇਟ ਕਰਨ ਵਾਸਤੇ ਕਿਹਾ ਕਿ ਇੱਥੋਂ ਛੱਡ ਕੇ ਦੂਸਰੀ ਜਗ੍ਹਾ ਜਾਣ ਵਾਸਤੇ, ਜਿਹੜੀ ਲੇਡੀ ਆ
ਉਹ ਨੌਕਰੀ ਕਰਦੀ ਕਿਸੇ ਡਿਪਾਰਟਮੈਂਟ ਦੇ ਵਿੱਚ, ਉਹਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਮਤਲਬ ਛੱਡ ਕੇ ਦੂਸਰੀ ਜਗ੍ਹਾ ਚਲਾ ਜਾ। ਫਿਰ ਤਿੰਨ ਜਿਹੜੇ ਪਰਿਵਾਰ ਆ ਉਹ ਗਣੇਸ਼ ਦਾਸ ਹੋਸਪਿਟਲ ਦੇ ਵਿੱਚ ਤਿੰਨ ਲੋਕ ਨੌਕਰੀ ਕਰਦੇ, ਉਹਨਾਂ ਨੂੰ ਉਹਨਾਂ ਨੇ ਅਲੋਟਮੈਂਟ ਆਰਡਰ ਦੇ ਦਿੱਤਾ ਕਿ ਹਾਈ ਲੈਵਲ ਕਮੇਟੀ ਦਾ ਆਰਡਰ ਆ, ਇੱਥੋਂ ਤੁਸੀਂ ਦੂਸਰੀ ਜਗ੍ਹਾ ਸ਼ਿਫਟ ਕਰੋ, ਉਹ ਕੁਆਟਰ ਦੇ ਰਹੇ ਨੇ। ਇੱਕ ਜਿਹੜਾ ਮੇਘਾਲਿਆ ਪੁਲਿਸ ਦੇ ਵਿੱਚ ਲੜਕਾ ਕੰਮ ਕਰਦਾ, ਉਹਨੂੰ ਵੀ ਉਹਨਾਂ ਨੇ ਅਲੋਟਮੈਂਟ ਆਰਡਰ ਦੇ ਦਿੱਤਾ। ਅਤੇ ਇਹ ਸਭ ਕੌਣ ਕਰਵਾ ਰਿਹਾ? ਗੌਰਮੈਂਟ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ, ਪਰ ਹਾਈ ਲੈਵਲ ਕਮੇਟੀ ਕਰ ਰਹੀ ਹੈ ਇਹ ਸਭ, ਹਾਈ ਲੈਵਲ ਕਮੇਟੀ ਦੀ ਡਾਇਰੈਕਸ਼ਨ ਦੇ ਅੰਦਰ ਹੀ ਹੋ ਰਿਹਾ, ਹੋਰ ਨਹੀਂ ਤਾਂ ਜਦ ਚੀਫ ਮਿਨਿਸਟਰ ਡਾਇਰੈਕਸ਼ਨ ਨਹੀਂ ਦੇ ਰਿਹਾ ਤਾਂ ਹਾਈ ਲੈਵਲ ਕਮੇਟੀ ਡਾਇਰੈਕਸ਼ਨ ਦੇ ਰਹੀ ਹੈ। ਕਿਤੇ ਨਾ ਕਿਤੇ ਜਿਹੜਾ ਇਹਨਾਂ ਦੇ ਖਾਲਸੇ ਜਿਹੜੇ ਨੇ ਉਹ ਸੋਚਣ ਲਈ ਮਜਬੂਰ ਕਰਦੇ ਨੇ ਕਿ ਹਾਈ ਲੈਵਲ ਕਮੇਟੀ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਨੇ, ਉਸ ਬਾਰੇ ਵੀ ਮੁੱਖ ਮੰਤਰੀ ਨੂੰ, ਅਗਰ ਉਹ ਗੰਭੀਰ ਨੇ ਇਸ ਮੁੱਦੇ 'ਤੇ ਤਾਂ ਦੁਬਾਰਾ ਤੋਂ ਇੱਕ ਵਾਰੀ ਸੋਚਣਾ ਪਏਗਾ ਕਿ ਕੀ ਹਾਈ ਲੈਵਲ ਕਮੇਟੀ ਜੋ ਫੈਸਲੇ ਕਰ ਰਹੀ ਹੈ, ਜੋ ਜਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਉਹ ਸਹੀ ਕੰਮ ਕਰ ਰਹੀ ਹੈ ਜਾਂ ਨਹੀਂ। ਇਹਨਾਂ ਦੀ ਇੱਕ ਮੰਗ ਵੀ ਇਹਨਾਂ ਦੇ ਮਤਲਬ ਮਨਸੇ ਦੇ ਵਿੱਚੋਂ ਇਹੀ ਉੱਭਰ ਕੇ ਆਉਂਦੀ ਹੈ। ਅਸੀਂ ਗੱਲ ਕਰਨੀ ਚਾਹਾਂਗੇ ਕਿ ਮਸਲਾ ਕਾਫੀ ਕਹਿ ਲਈਏ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੱਕ ਜਾ ਚੁੱਕਿਆ ਹੈ ਨਾ, ਅਤੇ ਕਿਸ ਤਰ੍ਹਾਂ ਦਾ ਸਮਰਥਨ ਜਿਹੜਾ ਉਹ ਪੰਜਾਬੀ ਭਾਈਚਾਰੇ ਵੱਲੋਂ ਜਾਂ ਸਿੱਖ ਭਾਈਚਾਰੇ ਵੱਲੋਂ ਤੁਹਾਨੂੰ ਮਿਲ ਰਿਹਾ? ਸਿੱਖ ਭਾਈਚਾਰੇ ਵੱਲੋਂ ਜਿਸ ਤਰ੍ਹਾਂ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਨਾ, ਉਹ ਪਿਛਲੇ ਸਾਲ ਤੋਂ ਹੀ ਉਹਨਾਂ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਆ ਉਹਨਾਂ ਵੱਲੋਂ ਪਾਇਆ ਹੋਇਆ, ਉਹਨਾਂ ਦੇ ਵਕੀਲ ਆਉਂਦੇ ਆ ਹਰ ਡੇਟ ਦੇ ਵਿੱਚ ਆ। ਪਿਛਲੇ ਮਹੀਨੇ 'ਚ 3 ਡੇਟਾਂ ਪੈ ਗਈਆਂ ਜੀ, ਅਤੇ ਉਹ ਹਰ ਡੇਟ ਦੇ ਉੱਤੇ ਉਹਨਾਂ ਦਾ ਅਸੀਂ ਸੁਪਰੀਮ ਕੋਰਟ ਦਾ ਲੋਇਰ ਆਉਂਦਾ, ਜਿਹੜੇ ਉਹਨਾਂ ਦੇ ਲੀਗਲ ਸੈੱਲ ਦੇ ਚੇਅਰਮੈਨ ਆ ਜਗਦੀਪ ਸਿੰਘ ਜੀ ਕਾਹਲੋਂ, ਉਹ ਵੀ ਆਪ ਆਉਂਦੇ ਨਾਲ। ਫਿਰ ਸਿਰਸਾ ਸਾਹਿਬ ਜਿਹੜੇ ਆ ਉਹ ਮਤਲਬ ਬਹੁਤ ਕੋਆਪਰੇਟ ਆ, ਉਹ ਜਦੋਂ ਵੀ ਉਹਨਾਂ ਦੇ ਨਾਲ ਕੋਈ ਵੀ ਗੱਲ ਕਰੀਏ ਅਤੇ ਉਸੇ ਵੇਲੇ ਤੁਰੰਤ ਉੱਤੇ ਕਾਰਵਾਈ ਕਰਦੇ ਆ। ਮਤਲਬ ਕਿ DSGMC ਵੱਲੋਂ ਅਸੀਂ ਪੂਰਾ ਸੈਟਿਸਫਾਈਡ ਆ, ਉਹ ਜਿਸ ਤਰ੍ਹਾਂ ਦੀ ਕਾਰਵਾਈ ਹੁਣ ਤੱਕ ਕਰ ਰਹੇ ਆ ਉਹ ਮਤਲਬ ਸਹੀ ਕਰ ਰਹੇ ਜੀ। ਉਸ ਤੋਂ ਇਲਾਵਾ SGPC ਵੀ ਉਹਨਾਂ ਦੀ ਸਹਿਯੋਗੀ ਪਾਰਟੀ ਆ, ਅਤੇ SGPC ਵੱਲੋਂ ਵੀ ਮਤਲਬ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ। ਹੁਣ ਵੀ ਉਹ ਆਏ, ਉਹਨਾਂ ਨੇ ਕਾਰਵਾਈ ਕੀਤੀ ਹੈ ਅਤੇ ਇਹਨਾਂ ਦੇ ਨਾਲ ਮਿਲ ਕੇ ਗਏ, ਮੀਟਿੰਗ ਦੇ ਕਰਕੇ ਗਏ। ਇਸ ਤੋਂ ਪਹਿਲਾਂ ਜਿਹੜੇ ਲੋਕ ਇਫੈਕਟਡ ਸੀ ਉਹਨਾਂ ਨੂੰ ਉਹਨਾਂ ਨੇ ਮੁਆਵਜ਼ਾ ਵੀ ਦਿੱਤਾ, ਜਿਹੜੇ ਦੁਕਾਨ ਸੜ ਗਈ ਸੀ ਉਹਨਾਂ ਨੂੰ 2 ਲੱਖ ਦਿੱਤਾ, ਸਕੂਟੀ ਦੇ ਸ਼ੋਅਰੂਮ ਵਾਲੇ ਨੂੰ ਵੀ 2 ਲੱਖ ਦਿੱਤਾ, ਹੋਰ ਵੀ ਜਿਹੜੇ ਮਤਲਬ ਕੁਝ ਲੋਕ ਸੀ। ਸ਼੍ਰੋਮਣੀ ਕਮੇਟੀ ਕਹਿ ਲਈਏ ਜਾਂ ਪੰਜਾਬ ਸਰਕਾਰ ਦਾ ਹੀ ਵਫਦ ਆਇਆ, ਔਰ ਕੇਂਦਰੀ ਮੰਤਰੀ ਵੀ ਆਪਣੇ ਤੌਰ 'ਤੇ ਯਤਨ ਕਰ ਰਹੀ ਹੈ, ਅਕਾਲੀ ਦਲ ਵੀ ਕਰ ਰਹੇ ਇਹਨਾਂ ਬਾਰੇ। ਹਾਂਜੀ, ਅਤੇ ਫਿਰ ਨੈਸ਼ਨਲ ਕਮਿਸ਼ਨ ਹੈ ਨਾ ਜਿਹੜਾ ਮਨਜੀਤ ਸਿੰਘ ਰਾਏ, ਜਿਹੜੇ ਉਹਦੇ ਮੈਂਬਰ, ਉਹ ਵੀ ਮਤਲਬ ਬਹੁਤ ਕਾਰਵਾਈ ਕਰ ਰਹੇ ਜੀ। ਉਹਨਾਂ ਨੇ ਵੀ ਮਤਲਬ ਨਾ ਕਾਫੀ ਆਪਣੇ ਵੱਲੋਂ ਇਨੀਸ਼ੀਏਟਿਵ ਲਿਆ ਉਹਨਾਂ ਨੇ ਵੀ, ਅਤੇ ਉਹਨਾਂ ਨੇ ਵੀ ਸ਼ੁਰੂ ਤੋਂ ਗਿਣਤੀ ਕਮਿਸ਼ਨ, ਹਾਂ ਘੱਟ ਗਿਣਤੀ ਕਮਿਸ਼ਨ ਸ਼ੁਰੂ ਤੋਂ ਹੀ ਉਹਨਾਂ ਨੇ ਆਪਣੀ ਕਾਰਵਾਈ ਜਿਹੜੀ ਉਹ ਕੀਤੀ ਆ, ਹੁਣ ਵੀ ਉੱਥੇ ਪੇਂਡਿੰਗ ਚੱਲ ਰਿਹਾ। ਹੁਣ ਮੈਂ ਜਦੋਂ ਗਿਆ, ਜਦੋਂ ਹਰਸਿਮਰਤ ਕੌਰ ਬਾਦਲ ਜੀ ਨਾਲ ਮੀਟਿੰਗ ਹੋਈ, ਮੈਂ ਉਹਨੂੰ ਮਿਲ ਕੇ ਆਇਆ, ਉਹਨੂੰ ਪਟੀਸ਼ਨ ਦੇ ਕੇ ਆਇਆ, ਜਿਹੜੀ HNLC ਜਿਹੜੀ ਆਊਟਫਿਟ ਆ ਟੈਰਰਿਸਟ ਪਾਰਟੀ, ਉਹਨਾਂ ਵੱਲੋਂ ਜਿਹੜੀ ਥਰੈਟਨਿੰਗ ਮਿਲੀ ਉਹਦੇ ਬਾਰੇ ਵੀ ਮੈਂ ਸਾਰੀ ਗੱਲਬਾਤ ਉਹਨਾਂ ਨੇ ਕੀਤੀ। ਉਹ ਵੀ ਬਹੁਤ ਜਲਦੀ ਇੱਥੋਂ ਦਾ ਜਿਹੜਾ ਹਾਈ ਲੈਵਲ ਕਮੇਟੀ ਦੇ ਚੇਅਰਮੈਨ ਆ, ਦੁਨੀਆਂ ਦੇ ਵਿੱਚੋਂ ਬਾਕੀ ਥਾਵਾਂ ਤੋਂ ਕਿੱਦਾਂ ਬਾਕੀ ਥਾਵਾਂ ਜਿਹੜਾ ਯੂਨਾਈਟਿਡ ਸਿੱਖ ਹੈ ਨਾ ਜੀ, ਉਹਨਾਂ ਨੇ ਵੀ ਪਹਿਲਾਂ ਜਿਹੜੇ ਜਿਨ੍ਹਾਂ ਬੰਦਿਆਂ ਦੇ ਉੱਤੇ ਕੇਸ ਬਣੇ ਸੀ ਨਾ ਜੀ, ਉਹਨਾਂ ਦੀ ਬੇਲ ਕਰਵਾਈ, ਉਸ ਤੋਂ ਬਾਅਦ ਹੁਣ ਵੀ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੈ, ਨਵੀਂ ਫਾਈਲ ਕੀਤੀ ਹੈ, ਠੀਕ ਹੈ ਨਾ ਜੀ। ਅਤੇ ਇਹ ਜਿਹੜੀਆਂ ਕਾਰਵਾਈ ਜਿਹੜੀ ਹੋ ਰਹੀ ਆ, ਇਸ ਤੋਂ ਇਲਾਵਾ ਜਿਸ ਤਰ੍ਹਾਂ ਇੱਕ ਗੱਲ ਕਰ ਲਈਏ, ਇੱਥੇ ਦੇ ਜਿਹੜੇ ਇੱਥੋਂ ਦੀ ਲੋਕੈਲਿਟੀ ਹੈ, ਇੱਥੋਂ ਦੇ ਲੋਕ ਨੇ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ? ਪੂਰਾ ਸਮਰਥਨ ਹੈ ਜੀ। ਇੱਦਾਂ ਕੀ ਕਹਿੰਦੇ ਨੇ ਉਹਨਾਂ ਦਾ ਕਹਿਣਾ? ਉਹਨਾਂ ਦਾ ਹੁਣ ਵੀ ਮੈਂ ਮੀਟਿੰਗ ਸਾਰਿਆਂ ਨੂੰ ਪੁੱਛਿਆ ਹੈ ਕਿ ਸਾਰੇ ਤੁਸੀਂ ਮਤਲਬ
ਇਹਦਾ ਇਹਦਾ ਆਪਣਾ ਸਿੱਖ ਭਾਈਚਾਰਾ ਹੋ ਗਿਆ। ਇਸ ਤੋਂ ਇਲਾਵਾ ਦੂਸਰੇ ਜਿਹੜੇ ਨੇ ਆਮ ਇੱਥੋਂ ਦੇ ਜਿਹੜੇ ਲੋਕਲ 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 ਜੀ ਲੋਕਲ ਤੇ ਗਵਰਨਮੈਂਟ ਦੇ ਨਾਲ ਹੀ ਹੈ ਜੀ, ਮਤਲਬ ਲੋਕਲ ਤੇ ਹਾਂ ਲੋਕਲ ਲੋਕਲ ਸਾਡੇ ਨਾਲ ਕੁਝ ਬੰਦੇ ਹੋਣਗੇ ਜਿਹੜੇ ਉਹਨਾਂ ਦੇ ਵਿੱਚੋਂ ਜਿਹੜੇ ਲੋਕਲ ਦੇ ਵਿੱਚੋਂ ਵੀ ਜਿਹੜੇ ਮਤਲਬ ਗਲਤ ਬੰਦੇ ਆ ਨਾ ਜੀ, 20-25% ਜਿਹੜੇ ਲੋਕ ਆ ਉਹ ਹੀ ਉਹਨਾਂ ਦੇ ਨਾਲ ਆ, ਬਾਕੀ ਜਿਹੜੇ ਜ਼ਿਆਦਾਤਰ ਲੋਕ ਜਿਹੜੇ ਆ ਉਹ ਇਸ ਮਸਲੇ ਦੇ ਵਿੱਚ ਆਉਂਦੇ ਨਹੀਂ। ਉਹਨਾਂ ਨੂੰ ਪਤਾ ਇੰਨੇ ਸਾਲਾਂ ਤੋਂ ਰਹਿ ਰਹੇ ਆ, ਇਹਨਾਂ ਨੂੰ ਉਠਾਇਆ ਜਾਣਾ ਬਹੁਤ ਮੁਸ਼ਕਿਲ ਆ, ਕਿਉਂਕਿ ਪਹਿਲਾਂ ਵੀ ਕਈ ਵਾਰ ਗੌਰਮੈਂਟ ਇਸ ਚੀਜ਼ ਦੇ ਉੱਤੇ ਕੋਸ਼ਿਸ਼ਾਂ ਕਰ ਚੁੱਕੀ ਹੈ ਨਾ ਜੀ। ਅੱਛਾ, ਗੱਲ ਕਰ ਰਹੀ ਇੱਥੇ ਸਿੱਖ ਭਾਈਚਾਰਾ ਹੋਰ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਰਹਿੰਦਾ ਸ਼ਿਲੌਂਗ ਦੇ ਵਿੱਚ ਜਿੱਦਾਂ ਮੈਂ ਦੇਖਿਆ ਹੈ ਨਾ, ਅਤੇ ਉਹਨਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਮਿਲਦਾ? ਉਹਨਾਂ ਦਾ ਸਮਰਥਨ ਵੀ ਮਤਲਬ ਇਸ ਤਰ੍ਹਾਂ ਹੀ ਆ ਜੀ, ਥੋੜ੍ਹਾ ਬਹੁਤ ਹੀ ਆ ਉਹਨਾਂ ਦਾ ਸਮਰਥਨ, ਇੰਨਾ ਕੋਈ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ, ਪਰ ਨਾਲ ਜੁੜੇ ਹੋਏ ਨੇ। ਸੋ ਇੱਕ ਲਾਸਟ ਮੇਰਾ ਜਿਹੜਾ ਸਵਾਲ ਹੈ ਕਿ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਨੇ, ਇਲੈਕਸ਼ਨ ਦੇ ਦਰਮਿਆਨ ਨੇਤਾ ਵੱਡੇ ਵੱਡੇ ਵਾਅਦੇ ਕਰਦੇ ਨੇ, ਤੁਹਾਡਾ ਇਹ ਮਸਲਾ 200 ਸਾਲ ਤੋਂ ਲਟਕਿਆ ਹੋਇਆ, ਕੀ ਕਦੀ ਮਤਲਬ ਉਹਨਾਂ ਨੂੰ ਤੁਸੀਂ ਮੰਗ ਨਹੀਂ ਉਠਾਉਂਦੇ ਕਿ ਸਾਡਾ ਇਹ ਮਸਲਾ ਹੱਲ ਕਰੋ, ਸਾਡੇ ਜਿਹੜੇ ਘਰ ਨੇ ਉਹ ਘੱਟੋ ਘੱਟ ਦਿੰਦੇ, ਸਾਡੇ ਰੈਜੀਡੈਂਸ ਪੱਕਾ? ਕਿਹਾ ਜੀ ਹਮੇਸ਼ਾ ਹੀ ਕਹਿੰਦੇ ਨੇ, ਉਹ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਉਦੋਂ ਕਹਿੰਦੇ ਕਰਾਂਗੇ ਕਰਾਂਗੇ, ਬਾਅਦ 'ਚ ਭੁੱਲ ਜਾਂਦੇ, ਫਿਰ 5 ਸਾਲ ਬਾਅਦ ਹੀ ਆਉਂਦੇ ਉਹ। ਦੱਸ ਦਈਏ ਕਿ ਇਸ ਕਲੋਨੀ ਦੇ ਵਿੱਚ ਕਰੀਬ 1500 ਦੇ ਕਰੀਬ ਵੋਟ ਹੈ ਜਿਹੜੀ ਮਤਲਬ ਇੱਥੋਂ ਦੀ, ਇਸ ਕਹਿ ਲਈਏ ਹਰੀਜਨ ਕਲੋਨੀ ਜਾਂ ਸਿੱਖ ਲੇਨ ਦੀ ਵੋਟ ਹੈ। ਸੋ ਵਾਅਦੇ ਨੇਤਾ ਹਰ ਵਾਰ ਕਰਦੇ ਨੇ ਪਰ ਇਹਨਾਂ ਵਾਅਦਿਆਂ 'ਤੇ ਖਰਾ ਨਹੀਂ ਉਤਰਿਆ ਜਾਂਦਾ, ਔਰ ਇਹ ਜਿਹੜੇ ਲੋਕ ਨੇ ਤੁਸੀਂ ਵੇਖ ਸਕਦੇ ਹੋ ਇਹ ਇੱਕ ਚਿੰਤਾ ਦੇ ਵਿਸ਼ੇ 'ਤੇ, ਇਸੇ ਜਿਹੜਾ ਉਜਾੜੇ ਦੀ ਇੱਕ ਤਲਵਾਰ ਲਟਕੀ ਹੈ ਉਸ 'ਤੇ ਪੂਰੇ ਪਰਿਵਾਰ ਸਮੇਤ ਇੱਥੇ ਇਸ ਮੀਟਿੰਗ ਦੇ ਵਿੱਚ ਆਏ ਨੇ। ਇਸ ਮੀਟਿੰਗ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਜਾਂ ਆਪਾਂ ਕਹਿ ਲਈਏ ਕੋਈ ਇਸ ਤਰ੍ਹਾਂ ਦਾ ਮੁੱਦਾ ਨਹੀਂ ਵਿਚਾਰਿਆ ਜਾ ਰਿਹਾ, ਜਾਂ ਕੋਈ ਇਹ ਕੋਈ ਮੀਟਿੰਗ ਕੋਈ ਹੋਰ ਮੁੱਦੇ 'ਤੇ ਨਹੀਂ, ਬਲਕਿ ਇਹ ਉਸ ਚਿੰਤਾਜਨਕ ਮੁੱਦੇ 'ਤੇ ਹੈ ਜੋ ਇਹਨਾਂ ਦੇ ਪਰਿਵਾਰਾਂ ਦੇ ਸਿਰਾਂ 'ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਕਰੀਬ 200 ਸਾਲ ਪਹਿਲਾਂ ਆ ਕੇ ਵਸੇ, ਇਸ ਦਰਮਿਆਨ ਕਈ ਵਾਰ ਗਾਹੇ ਵਗਾਹੇ ਇਹ ਜਿਹੜੀ ਉਜਾੜੇ ਦੀ ਜਿਹੜੀ ਆ ਗੱਲ ਚੱਲਦੀ ਰਹੀ, ਪਰ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਥੋੜ੍ਹੀ ਜ਼ਿਆਦਾ ਗੰਭੀਰ ਹੈ। ਜਿੱਦਾਂ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਜੋ ਇਸ ਮੀਟਿੰਗ ਦੇ ਵਿੱਚ ਇੱਥੋਂ ਦੇ ਮੌਜੂਦ ਨੇ, ਉਹਨਾਂ ਦਾ ਕਹਿਣਾ ਕਿ ਇਹ ਗੱਲ ਕਿਤੇ ਨਾ ਕਿਤੇ ਪਹਿਲਾਂ ਵੀ ਉੱਠਦੀ ਰਹੀ ਹੈ, ਪਰ ਸ਼ਿਲੌਂਗ ਦੇ ਇਹਨਾਂ ਸਿੱਖਾਂ ਲਈ ਇਸ ਵੇਲੇ ਜਿਹੜੀ ਉਹ ਸਥਿਤੀ ਜ਼ਿਆਦਾ ਗੰਭੀਰ ਹੈ। ਔਰ ਜਿੱਦਾਂ ਸਾਡੇ ਨਾਲ ਸਿੱਖ ਆਗੂ ਗੁਰਜੀਤ ਸਿੰਘ ਇੱਥੋਂ ਦੇ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਨੇ, ਉਹਨਾਂ ਨੇ ਦੱਸਿਆ ਕਿ ਜੋ ਹਾਈ ਲੈਵਲ ਕਮੇਟੀ ਬਣਾਈ ਗਈ ਹੈ ਜਿਸ ਦੇ ਉੱਤੇ ਸਾਰਾ ਦਾਰੋ ਮਦਾਰ ਹੈ ਇਸ ਮਸਲੇ ਨੂੰ ਹੱਲ ਕਰਨ ਦਾ, ਉਸ 'ਤੇ ਵੀ ਕੋਈ ਬਹੁਤਾ ਭਰੋਸਾ ਜਿਹੜਾ ਉਹ ਸਿੱਖ ਭਾਈਚਾਰੇ ਨੂੰ ਨਹੀਂ ਦਿਖ ਰਿਹਾ। ਡਿਪਟੀ ਮੁੱਖ ਮੰਤਰੀ ਮੇਘਾਲਿਆ ਦੇ ਉਹ ਇਸ ਕਮੇਟੀ ਦੇ ਚੇਅਰਮੈਨ ਨੇ, ਮੁੱਖ ਮੰਤਰੀ ਨੇ ਵੀ ਇਸੇ ਕਮੇਟੀ ਦੇ ਉੱਤੇ ਟੇਕ ਰੱਖੀ ਹੈ। ਸੋ ਕਿਤੇ ਨਾ ਕਿਤੇ ਇਸ ਕਮੇਟੀ ਨੂੰ ਵੀ ਆਪਣੀ ਕਾਰਗੁਜ਼ਾਰੀ 'ਤੇ ਸੋਚਣਾ ਪਵੇਗਾ ਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਨੇੜਿਓਂ ਆ ਕੇ ਸਮਝੇ, ਇਹਨਾਂ ਦੀਆਂ ਚਿੰਤਾਵਾਂ ਨੂੰ ਨੇੜਿਓਂ ਆ ਕੇ ਸਮਝੇ ਅਤੇ ਫਿਰ ਉਸਦਾ ਹੱਲ ਕੱਢਿਆ ਜਾਵੇ, ਤਾਂ ਕਿ ਘੱਟੋ ਘੱਟ ਇਹਨਾਂ ਪਰਿਵਾਰਾਂ 'ਤੇ ਜਿਹੜੀ ਲੜਕ ਦੀ ਤਲਵਾਰ ਹੈ ਉਹ ਹਟਾਈ ਜਾ ਸਕੇ। ਔਰ ਦੂਜੇ ਪਾਸੇ ਜਿਹੜੀਆਂ ਸਿੱਖ ਸੰਸਥਾਵਾਂ ਇਸ ਮਸਲੇ ਨੂੰ ਹੱਲ ਕਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਜਾਂ ਕਹਿ ਲਈਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਰੋਲ ਜਿਹੜਾ ਇਸ ਮਾਮਲੇ 'ਚ ਕਾਫੀ ਅਹਿਮ ਸਾਬਤ ਹੋ ਸਕਦਾ, ਜਾਂ ਅਕਾਲੀ ਦਲ ਦਾ ਰੋਲ ਵੀ ਅਹਿਮ ਸਾਬਤ ਹੋ ਸਕਦਾ ਕਿਉਂਕਿ ਇੰਡੀਆ ਗੌਰਮੈਂਟ ਦਾ ਹਿੱਸਾ ਨੇ, ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਆਪਣਾ ਰੋਲ ਨਿਭਾ ਰਹੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਲ ਨਿਭਾ ਰਹੀ ਹੈ। ਜਿੱਦਾਂ ਇਹਨਾਂ ਨੇ ਦੱਸਿਆ ਕਿ ਬਾਹਰਲੀਆਂ ਸਿੱਖ ਸੰਸਥਾਵਾਂ ਵੀ ਇਹਨਾਂ ਨਾਲ ਹਮਦਰਦੀ ਪ੍ਰਗਟ ਕਰ ਰਹੀਆਂ ਨੇ, ਪਰ ਇੱਥੇ ਮਸਲਾ ਜਿਹੜਾ ਉਹ ਜਾਂਚ 'ਤੇ ਅਟਕਿਆ ਹੋਇਆ, ਇੱਥੇ ਮਸਲਾ ਜਿਹੜਾ ਉਹ ਪੂਰੀ ਪੜਤਾਲ 'ਤੇ ਅਟਕਿਆ ਹੋਇਆ। ਪੰਜਾਬ ਸਰਕਾਰ ਦਾ ਇੱਕ ਵਫਦ ਵੀ ਬਾਕਾਇਦਾ ਇੱਥੋਂ ਦੌਰਾ ਕਰ ਚੁੱਕਿਆ। ਸੋ ਇਹਨਾਂ ਚਿੰਤਾਵਾਂ ਦੇ ਨਾਲ ਜਿਵੇਂ ਜਿਵੇਂ ਇਹਨਾਂ ਸੰਸਥਾਵਾਂ ਨੇ ਪਹਿਲਕਦਮੀ ਕੀਤੀ ਹੈ, ਉਹ ਪਹਿਲਕਦਮੀ ਦਾ ਇੱਕ ਅਸਰ ਇਹ ਜ਼ਰੂਰ ਹੋਇਆ ਕਿ ਮੇਘਾਲਿਆ ਸਰਕਾਰ ਥੋੜ੍ਹੀ ਗੰਭੀਰ ਹੋਈ ਹੈ ਇਸ ਮੁੱਦੇ 'ਤੇ, ਔਰ ਗੰਭੀਰ ਹੋਣ ਤੋਂ ਬਾਅਦ ਇਸ ਜਿਹੜਾ ਸਿੱਖ ਲੇਨ ਆਬਾਦੀ ਜਿਹੜੀ ਉਹ ਵਸੀ ਹੋਈ ਹੈ ਉਸ ਦੀ ਸੁਰੱਖਿਆ ਦੇ ਲਈ
ਜਿਹੜੀ ਆ ਉਹ ਪੈਰਾਮਿਲਟਰੀ ਫੋਰਸਿਸ ਤੈਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ 'ਤੇ ਥੋੜ੍ਹਾ ਗੰਭੀਰ ਜਾਂਚ ਦੀ ਗੱਲ ਵੀ ਚੱਲੀ ਹੈ। ਸੋ ਵੇਖਣਾ ਹੋਵੇਗਾ ਅੱਗੇ ਇਹ ਮਸਲਾ ਕੀ ਪੂਰਾ ਮਤਲਬ ਰੰਗ ਲੈਂਦਾ। ਇਹ ਕਾਫੀ ਗੰਭੀਰ ਮਸਲਾ ਹੈ, ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ, ਪੂਰੀ ਦੁਨੀਆ ਦੇ ਸਿੱਖਾਂ ਦੀ ਨਜ਼ਰ ਜਿਹੜੀ ਹੈ ਉਹ ਇਸ ਇਲਾਕੇ ਦੇ ਉੱਤੇ ਇਸ ਮੁੱਦੇ ਦੇ ਉੱਤੇ ਲੱਗੀ ਹੋਈ ਹੈ। ਸੋ ਕਿਤੇ ਨਾ ਕਿਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਇਹ ਮਸਲਾ ਨਿਪਟਾ ਲਿਆ ਜਾਏਗਾ, ਔਰ ਇਸ ਵਾਰ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਮਸਲਾ ਪਰਮਾਨੈਂਟ ਢੰਗ ਨਾਲ ਨਿਪਟਾ ਲਿਆ ਜਾਵੇ, ਜਿਸ ਤੋਂ ਬਾਅਦ ਇਹ ਆਪਣੇ ਘਰਾਂ ਨੂੰ ਕੁਝ ਬਿਹਤਰ ਰੂਪ ਦੇ ਸਕਣ। ਅਸੀਂ ਇਹਨਾਂ ਦੇ ਘਰਾਂ ਦਾ ਰੂਪ ਵੀ ਵਿਖਾਵਾਂਗੇ ਕਿ 200 ਸਾਲ ਦੇ ਵਿੱਚ ਇੱਕ ਵਧੀਆ ਢੰਗ ਨਾਲ ਘਰ ਵੀ ਨਹੀਂ ਬਣਾ ਸਕਦੇ ਕਿਉਂਕਿ ਇਹਨਾਂ ਨੂੰ ਪ੍ਰਸ਼ਾਸਨ ਜਿਹੜਾ ਉਹ ਪਰਮਿਸ਼ਨ ਨਹੀਂ ਦੇ ਰਿਹਾ। ਸੋ ਇੱਕ ਹੋਰ ਰਿਪੋਰਟ ਲੈ ਕੇ ਜਲਦੀ ਹੀ ਤੁਹਾਡੇ ਨਾਲ ਜੁੜਦੇ ਹਾਂ। ਉਹ ਤਦ ਤੱਕ ਦਿਓ ਇਜਾਜ਼ਤ, ਕੈਮਰਾਮੈਨ ਲਖਵਿੰਦਰ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਸ਼ਿਲੌਂਗ।